ਕੱਢ ਲੈ ਮੇਰਾ ਧੁੱਪ ਸਰੀਰ ਜਿਹਾ ਸੇਕਿਆ ਜਾਊਗਾ। ਬੇਬੇ ਐਂ ਕਰ, ਮੈਨੂੰ ਨਿੱਘੇ ਜਿਹੇ ਪਾਣੀ ਦਾ ਗਲਾਸ ਦੇ ਇੱਕ। ਨਾ ਤੂੰ ਮੰਜੇ ਨਾਲ ਜੁੜੀ ਬੈਠੀ ਹੈ, ਉੱਠ ਕੇ ਪਾਣੀ ਨਹੀਂ ਪੀ ਸਕਦੀ, ਆਲਸੀ ਨਾ ਹੋਵੇ ਕਿਸੇ ਥਾਂ ਦੀ। ਲੈ ਦੱਸ, ਮੈਂ ਤਾਂ ਤੈਨੂੰ ਉਹੀ ਕਹਿਤਾ ਵੀ ਚੱਲ ਇੱਧਰ ਲੰਘੇਗੀ ਪਾਣੀ ਦਾ ਗਲਾਸ ਲਿਆ ਦੇ, ਤੂੰ ਮੈਨੂੰ ਉਹੀ ਆਲਸੀ ਗਾਲਸੀ ਕਹਿਣ ਲੱਗੀ। ਮੈਂ ਦੱਸ ਅੱਜ ਤੱਕ ਕਿਹੜਾ ਆਲਸਪਣਾ ਕਰੇ? ਤੂੰ ਕਾਹਨੂੰ ਕਦੇ ਕਰਿਆ ਆਲਸਪਣਾ? ਤੂੰ ਤਾਂ ਬਹੁਤ ਤੇਜ਼ ਤਰਾਰ ਹੈ ਨਾ ਕੰਮ ਕਾਰ ਨੂੰ, ਬਹੁਤ ਸੋਹਣੀ ਹੈ ਤੂੰ। ਤੂੰ ਤਾਂ ਸਾਰਾ ਕੰਮ ਕਾਰ ਦਾ ਮਿੰਟਾਂ 'ਚ ਨਿਬੇੜ ਦਿੰਦੀ ਹੈ। ਕਦੇ ਡੱਕਾ ਦੂਰਾ ਤੋੜ ਕੇ ਕਰਿਆ ਤੂੰ? ਲੈ ਬੇਬੇ ਕਮਾਲ ਕਰਦੀ ਹੈ ਤੂੰ, ਡੱਕਾ ਤੋੜ ਕੇ ਦੂਰਾ ਕਿਉਂ ਨਹੀਂ ਕਰਿਆ? ਲਿਆ ਤੂੰ ਡੱਕਾ, ਲਿਆ ਮੈਂ ਤੋੜ ਕੇ ਦੂਰਾ ਕਰਾਂ, ਲਿਆ ਤੂੰ ਡੱਕਾ ਲਿਆ। ਲੈ ਦੱਸ ਗੱਲਾਂ ਦੇਖ ਕਰਦੀ, ਮੈਂ ਤੇਰੇ ਨਾਲ ਇਹ ਡੱਕੇ ਦੀ ਗੱਲ ਨਹੀਂ ਕਰਦੀ। ਮੇਰੇ ਕਹਿਣ ਦਾ ਮਤਲਬ ਮੈਂ ਤੈਨੂੰ ਐਂ ਕਹਿੰਦੀ ਹਾਂ, ਮਾੜੇ ਮੋਟੇ ਹੱਥ ਪੈਰ ਹਲਿਆ ਲਿਆ ਕਰ। ਲੈ ਦੇਖ ਲੈ, ਹੋਰ ਮੈਂ ਬਿਨਾਂ ਹੱਥ ਪੈਰ ਹਲਿਆਏ ਤੁਰੀ ਫਿਰਦੀ ਹਾਂ? ਲੈ ਹਲਿਆ ਲਿਆ ਹੱਥ, ਆ ਲੈ ਪੈਰ ਹਿਲਦੇ ਨੇ। ਤੂੰ ਬਹਿ ਜਾ ਟਿੱਕੇ, ਬਹਿ ਜਾ ਬਹਿ ਜਾ। ਲੈ ਕਮਾਲ ਹੋ ਗਈ ਬੇਬੇ ਤੇਰੇ ਵਾਲੀ, ਕਦੇ ਤੂੰ ਕਹਿੰਦੀ ਮੈਂ ਕੰਮ ਨਹੀਂ ਕਰਦੀ ਹੈਗੀ, ਕਦੇ ਕਹਿੰਦੀ ਨਹੀਂ ਟਿੱਕੇ ਬਹਿ ਜਾ। ਕੀ ਹੋ ਗਿਆ ਬੇਬੇ? ਬੇ ਹੋਣਾ ਤਾਂ ਕੀ ਤੀ, ਮੈਂ ਤਾਂ ਇਹਨੂੰ ਐਂ ਕਹਿੰਦੀ ਤੀ ਮਾੜਾ ਮੋਟਾ ਕੰਮ ਧੰਦਾ ਕਰ ਲਿਆ ਕਰ। ਇਹ ਹੋਰ ਹੀ ਪੁੱਠੀਆਂ ਮਾਰੀ ਜਾਂਦੀ ਹੈ ਮੂਹਰੋਂ, ਮੈਨੂੰ ਪਾਗਲ ਬਣਾਈ ਜਾਂਦੀ ਹੈ। ਕਰ ਲਿਆ ਇਹਨੇ ਤਾਂ ਕੰਮ ਧੰਦਾ ਜਿਹੜਾ ਕਰਨਾ ਸੀਗਾ, ਇਹ ਨਹੀਂ ਕਰਦੀ ਹੈਗੀ। ਇਹ ਤਾਂ ਜਾਂ ਤੈਨੂੰ ਕਰਨਾ ਪੈਣਾ ਜਾਂ ਮੈਨੂੰ ਕਰਨਾ ਪੈਣਾ। ਇਹ ਤਾਂ ਆਪਾਂ ਕੋਈ ਮਹਾਰਾਣੀਆਂ ਦੀ ਕੌਮ ਚੋਂ ਬਜਾ ਲਿਆ, ਇਹਨੇ ਨਹੀਂ ਕੰਮ ਧੰਦਾ ਕਰਨਾ। ਇਹ ਤਾਂ ਸਾਰੀ ਉਮਰ ਬੈਠੀ ਐਂ ਹੁਕਮ ਚਲਾਇਆ ਕਰੂ, ਕੰਮ ਤਾਂ ਤੈਨੂੰ ਕਰਨਾ ਪਊ ਜਾਂ ਮੈਨੂੰ ਕਰਨਾ ਪਊ। ਉਹ ਤਾਂ ਹੁਣ ਪਤਾ ਹੀ ਹੈ, ਉਹ ਤਾਂ ਆਪਾਂ ਨੂੰ ਦਿਸ ਹੀ ਜਾਂਦਾ ਭਾਈ ਵੀ ਇਹ ਤਾਂ ਸਾਰੀ ਉਮਰ ਬੈਠੀ ਹੈ ਹੁਕਮ ਚਲਾਊਗੀ। ਮੈਂ ਤਾਂ ਐਂ ਕਹਿੰਦੀ ਹਾਂ ਵੀ ਚੱਲ ਕੰਮ ਤਾਂ ਨਹੀਂ, ਰੋਟੀ ਟੁੱਕਾ ਆਪਦਾ ਚੱਕ ਕੇ ਤਾਂ ਖਾ ਲੇ ਇਹ। ਮੈਂ ਉਰੋਂ ਦੀ ਟੱਪੀ ਜਾਂਦੀ ਤੀ, ਮੈਨੂੰ ਕਹਿੰਦੀ ਮੈਨੂੰ ਪਾਣੀ ਦਾ ਗਲਾਸ ਫੜਾ ਜਾ। ਵੀ ਤੂੰ ਐਂ ਤਾਂ ਸੋਚ ਲੈ ਵੀ ਸੱਸ ਨੂੰ ਨੂੰਹ ਪਾਣੀ ਫੜਾਉਂਦੀ ਹੁੰਦੀ ਹੈ, ਨੂੰਹ ਨੂੰ ਸੱਸ ਪਾਣੀ ਫੜਾਊਗੀ। ਲੈ ਦੱਸ ਬੇਬੇ ਫਿਰ ਕੀ ਲੋੜ ਆ ਗਿਆ ਜਦੋਂ ਤੂੰ ਪਾਣੀ ਦਾ ਗਲਾਸ ਮੰਗ ਲਿਆ? ਐਂ ਨਹੀਂ ਕਰੀਦਾ ਹੁੰਦਾ, ਸਿਆਣੇ ਬਣੀ ਦਾ ਹੁੰਦਾ, ਲਿਆ ਦੇ ਮੈਨੂੰ ਪਾਣੀ ਦਾ ਗਲਾਸ। ਦੇਖ ਮੈਂ ਤੈਨੂੰ ਰੋਜ਼ ਪਾਣੀ ਫੜਾਉਣੀ ਹੈ ਨਾ, ਪਰ ਅੱਜ ਨਹੀਂ ਮੈਂ ਤੈਨੂੰ ਪਾਣੀ ਫੜਾਉਣਾ। ਉੱਠ ਕੇ ਕੋਈ ਕੰਮ ਧੰਦਾ ਕਰ ਲੈ, ਨਹੀਂ ਦੇਖ ਲੈ ਮੈਂ ਆ ਕੇ ਤੇਰੇ ਚਪੇੜਾ ਲਾਉਂ ਫਿਰ। ਚੱਲ ਠੀਕ ਹੈ ਬੇਬੇ, ਫਿਰ ਜਦੋਂ ਚਪੇੜਾ ਮਾਰਨ ਆਈ ਨਾ ਪਾਣੀ ਦਾ ਗਲਾਸ ਚੱਕ ਲਈ ਨਾਲ। ਲੈ ਦੇਖ ਲੈ ਮਾਰ ਲੈ ਦੇ ਚਪੇੜਾ। ਸਹੀ ਗੱਲ ਹੈ ਭਾਈ, ਇਹਦਾ ਨਹੀਂ ਕੋਈ ਹੱਲ ਹੈਗਾ ਆਲਸੀ ਦਾ। ਸੁਪਾਲ ਮੇਰੀ ਗੱਲ ਸੁਣ, ਇਹ ਛੱਡ ਦੇ ਆਲਸਪਣਾ, ਦੁਨੀਆ ਨਾ ਆਲਸੀ ਲੋਕਾਂ ਨੂੰ ਨਫ਼ਰਤ ਕਰਦੀ ਹੁੰਦੀ ਹੈ। ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਦੁਨੀਆ ਆਲਸੀ ਲੋਕਾਂ ਨੂੰ ਨਫ਼ਰਤ ਕਿਉਂ ਕਰਦੀ ਹੈ, ਜੇ ਉਹ ਤਾਂ ਵਿਚਾਰੇ ਕੁਛ ਕਰਦੀ ਨਹੀਂ। ਲੈ ਦੇਖ ਲੈ, ਕੋਈ ਲੋੜ ਨਹੀਂ ਇਹਨੂੰ ਸਮਝਾਉਣ ਦੀ, ਇਹ ਨਹੀਂ ਸਮਝ ਸਕਦੀ। ਚੱਲ ਆਪਾਂ ਤਾਂ ਆਪਦਾ ਕੰਮ ਕਰੀਏ। ਆ ਜਾ, ਸਹੀ ਗੱਲ ਹੋਰ ਕਰ ਲੈ ਬੇਬੇ ਕੰਮ, ਪਾਣੀ ਦਾ ਗਲਾਸ ਫੜਾ ਦੇ ਮੈਨੂੰ। ਕੀ ਸੋਚੀ ਜੇ ਜਾਂਦਾ ਜੱਸੇ? ਸੋਚਣਾ ਕੀ ਤੀ ਬੇਬੇ, ਮੈਂ ਤਾਂ ਐਂ ਕਹਿਣ ਸੀਗਾ ਮੈਂ ਤਾਂ ਬਾਹਲੀ ਗਲਤ ਥਾਂ 'ਤੇ ਵਿਆਹ ਕਰਾ ਬੈਠਿਆ, ਇਹਨਾਂ ਦਾ ਤਾਂ ਸਾਰਾ ਲਾਣਾ ਹੀ ਆਲਸੀਆਂ ਦਾ। ਹੈਂ ਗਾਹਾਂ ਜਾ ਕੇ ਬਣੂਗਾ ਕੀ, ਮੈਨੂੰ ਤਾਂ ਐਂ ਫਿਕਰ ਲੱਗ ਰਿਹਾ। ਇਹ ਤਾਂ ਸੂਈ ਇੱਥੋਂ ਚੱਕ ਕੇ ਇੱਥੇ ਧਰ ਕੇ ਰਾਜੀ ਨੇ। ਸਹੀ ਗੱਲ ਹੈ ਪੁੱਤ, ਮੈਂ ਤਾਂ ਆਪ ਕਦੇ ਕਦੇ ਆਹੀ ਸੋਚ ਕਰਦੀ ਰਹਿੰਦੀ ਹਾਂ। ਦੇਖ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ, ਇਹ ਤਾਂ ਬੈਠੀ ਹੋਈ ਰਹਿੰਦੀ ਹੈ, ਸਾਰਾ ਕੰਮ ਮੈਂ ਹੀ ਕਰਦੀ ਹਾਂ। ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਚੱਲ ਮੇਰਾ ਕੁਛ ਦੁਖਦਾ ਨਹੀਂ, ਤਾਂ ਸਾਰਾ ਕੰਮ ਮੈਂ ਔਖੀ ਸੌਖੀ ਕਰੀ ਜਾਂਦੀ ਹਾਂ। ਬਾਕੀ ਤੂੰ ਵੀ ਮੇਰੇ ਨਾਲ ਕਰਾ ਦਿੰਦਾ ਜਿੰਨੇ ਕੁ ਯੋਗਾ ਹੈਗੇ ਹੈ, ਬਾਕੀ ਖੇਤ ਦਾ ਵੀ ਕਰਦਾ ਸਾਰਾ। ਮੈਨੂੰ ਤਾਂ ਪੁੱਤਾਂ ਇਹ ਸੋਚ ਲੱਗ ਰਹੀ ਹੈ ਵੀ ਚੱਲ ਹਜੇ ਤਾਂ ਮੈਂ ਕਰ ਲੈਂਦੀ ਹਾਂ ਬੈਠੀ ਹਾਂ, ਵੀ ਮਗਰੋਂ ਕੀ ਬਣੂੰਗਾ। ਮੈਨੂੰ ਤਾਂ ਪੁੱਤਾ ਆਹੀ ਝੋਰਾ ਵੜ ਵੜ ਖਾਂਦਾ ਵੀ ਮੇਰੇ ਮਗਰੋਂ ਤੇਰਾ ਕੀ ਬਣੂ। ਇਹ ਤਾਂ ਤੈਨੂੰ ਕਿਹਾ ਕਰੂ, ਇਹ ਤਾਂ ਪੁੱਤ ਤੈਨੂੰ ਕਿਹਾ ਕਰੂਗੀ ਵੀ ਰੋਟੀ ਟੁੱਕ ਬਣਾ ਲੈ ਨਾਲੇ ਕੱਪੜੇ ਲੀੜੇ ਧੋ ਲੈ, ਇਹ ਤਾਂ ਡੱਕਾ ਦੂਰਾ ਕਰਕੇ ਖੁਸ਼ ਨਹੀਂ। ਉਹੀ ਤਾਂ ਗੱਲ ਹੈ ਬੇਬੇ, ਹੋਰ
ਹੈ ਨਹੀਂ ਖੁਸ਼, ਇਹ 'ਚ ਕੀ ਝੂਠ ਹੈ। ਉੱਧਰੋਂ ਮੇਰੇ ਦੋਨੇ ਸਾਡੂ ਦੁਖੀ ਨੇ, ਬਿੰਦਰ ਅਤੇ ਰਾਜਾ, ਉਹ ਕਹਿੰਦੇ ਸਾਡੇ ਵਾਲੀਆਂ ਵੀ ਨਹੀਂ ਕੁਛ ਕਰਕੇ ਰਾਜੀ। ਲੈ ਪੁੱਤ, ਉਹਨਾਂ ਨੇ ਕਿਹੜਾ ਟੱਕਾ ਤੋੜਨਾ ਤੀ, ਉਹ ਵੀ ਇਸੇ ਦੀਆਂ ਭੈਣਾਂ ਨੇ, ਇਹਨਾਂ ਦਾ ਸਾਰਾ ਟੋਲੇ ਹੀ ਇਹੋ ਜਿਹਾ, ਮੈਨੂੰ ਤਾਂ ਇਹ ਜਮੀ ਆਲਸੀ ਲੱਗਦੇ ਨੇ। ਸਹੀ ਗੱਲ ਹੈ ਬੇਬੇ, ਇੱਕ ਦਿਨ ਬਿੰਦਰ ਦਾ ਫੋਨ ਆਇਆ ਤੀ ਮੇਰੇ ਸਾਡੂ ਦਾ, ਉਹ ਕਹਿੰਦਾ ਅਸੀਂ ਤਾਂ ਪੰਮੀ ਨੇ ਵਾਲੇ ਤਪਾ ਰੱਖੇ ਹਾਂ, ਕਹਿੰਦਾ ਕੰਮ ਦਾ ਡੱਕਾ ਤੋੜ ਕੇ ਕੁਛ ਨਹੀਂ, ਤਾਂ ਕੰਮ ਹੀ ਨਹੀਂ ਕਰਦੀ, ਕਹਿੰਦਾ ਪੂਰਾ ਵੀ ਅਸੀਂ ਤਾਂ ਵਾਲੇ ਦੁਖੀ ਕਰ ਰੱਖਿਆ ਨੇ, ਸਾਰਾ ਕੰਮ ਮੈਨੂੰ ਕਹਿੰਦਾ ਮੇਰੀ ਮਾਂ ਨੂੰ ਅਤੇ ਮੇਰੀ ਭੈਣ ਨੂੰ ਕਰਨਾ ਪੈਂਦਾ। ਦੂਜੇ ਦਾ ਆਇਆ ਤੇ ਇੱਕ ਦਿਨ ਛੋਟੇ ਦਾ ਰਾਜੇ ਦਾ, ਉਹੀ ਇਹੀ ਗੱਲਾਂ ਉਹ ਕਰਦਾ ਤੇ ਕਹਿੰਦਾ ਅਸੀਂ ਇਹਨੇ ਤਪਾ ਰੱਖਿਆ ਰਾਣੀ ਨੇ, ਕਹਿੰਦਾ ਪੂਰਾ ਕੰਮ ਦਾ ਡੱਕਾ ਇਹ ਤੋੜ ਕੇ ਕੁਛ ਨਹੀਂ, ਕਹਿੰਦਾ ਸਾਰਾ ਕੰਮ ਸਾਡੇ ਸਿਰ 'ਤੇ ਹੈ, ਕਹਿੰਦਾ ਡਾਲ ਨਹੀਂ ਹੱਥ ਨਹੀਂ ਲਾਉਂਦੀ ਕਿਸੇ ਦੇ। ਉਹ ਮਖਿਆ ਭਰਾਵਾ ਸੋਡੇ ਵਾਲੀਆਂ ਤਾਂ ਹਜੇ ਕਰ ਹੀ ਲੈਂਦੀਆਂ ਹੋਣਗੀਆਂ ਮਾੜਾ ਮੋਟਾ, ਆ ਸਾਡੇ ਵਾਲੀ ਮਖਾ ਜੰਮੀ ਮੰਜੇ ਨਾਲ ਜੁੜੀ ਬੈਠੀ ਹੈ, ਪੂਰਾ ਵੀ ਨਹੀਂ ਕਰਦੀ, ਪੂਰਾ ਵੀ ਨਹੀਂ ਕਰਦੀ, ਡਾਲ ਨਹੀਂ ਕਰਦੀ ਮਖਿਆ। ਅਸੀਂ ਕੀ ਦੁਖੀ ਨਹੀਂ ਹੈਗੇ, ਬਥੇਰੇ ਦੁਖੀ ਹਾਂ ਮਖਿਆ, ਅਸੀਂ ਤਾਂ ਵੱਧ ਹੀ ਦੁਖੀ ਹਾਂ ਤੁਹਾਡੇ ਨੂੰ। ਉਹੀ ਤਾਂ ਗੱਲ ਹੈ ਪੁੱਤ, ਬਾਹਲਾ ਔਖਾ ਹੋਇਆ ਪਿਆ ਕੰਮ ਹੁਣ ਤਾਂ, ਮੈਨੂੰ ਤਾਂ ਆਹੀ ਝੋਰਾ ਵੜ ਵੜ ਖਾਈ ਜਾਂਦਾ ਵੀ ਮੇਰੇ ਮਗਰੋਂ ਤੂੰ ਕੀ ਕਰੇਗਾ, ਤੂੰ ਬਾਹਲਾ ਔਖਾ ਹੋਵੇਂਗਾ। ਗੱਲ ਕਰ ਆਪਾਂ ਬੰਦੇ ਸਰੀਪ ਤੀ ਜਿਹੜੇ ਚੱਲ ਗਏ, ਜੇ ਕੋਈ ਹੋਰ ਹੁੰਦਾ ਹੁਣ ਨੂੰ ਤਾਂ ਛੱਡੀ ਹੁੰਦੀ ਪੁੱਤ। ਹੋਰ ਇਹ ਤਾਂ ਹੈਗਾ ਹੀ ਹੈ, ਉਹ ਤਾਂ ਆਪਾਂ ਤਾਂ ਸੋਚ ਕੇ ਚੱਲ, ਜਿਵੇਂ ਆਪਾਂ ਨੂੰ ਪਤਾ ਹੀ ਲੱਗ ਗਿਆ ਸੀਗਾ ਵੀ ਇਹ ਆਲਸੀ ਹੈਗੀ, ਆਪਾਂ ਛੱਡ ਵੀ ਸਕਦੇ ਤੀ, ਹੋਰ ਜਿੰਨਾ ਮਰਜ਼ੀ ਰੌਲਾ ਪੈ ਜਾਂਦਾ ਚਾਹੇ ਕੋਈ ਚੱਕਰ ਨਹੀਂ ਸੀ, ਪਰ ਆਪਾਂ ਸੋਚ ਲਿਆ ਵੀ ਕਿਉਂ ਆਪਾਂ ਇਹ ਕੰਮ ਕਰਨਾ, ਆਪਣੀ ਸ਼ਰਾਫਤ ਨੇ ਨਹੀਂ ਆਪਾਂ ਨੂੰ ਇਹ ਕੰਮ ਕਰਨ ਦਿੱਤਾ, ਵੀ ਕਾਹਨੂੰ ਕਿਸੇ ਦੀ ਧੀ ਰੋਲ ਨਹੀਂ, ਆਪਾਂ ਐਂ ਸੋਚ ਗਏ। ਹੋਰ ਪੁੱਤ ਤੂੰ ਐਂ ਦੇਖ, ਇਹਨਾਂ ਤਿੰਨੇ ਆਲਸੀ ਭੈਣਾਂ ਦੀ ਕਿਸਮਤ ਕਿੰਨੀ ਤੇਜ਼ ਹੈ, ਕਹਾਂ ਸਾਰੀਆਂ ਨੂੰ ਪਰਿਵਾਰ ਦੇਖ ਲਿਆ, ਕਿੰਨੇ ਸ਼ਰੀਫ ਮਿਲ ਗਏ। ਸਹੀ ਗੱਲ ਹੈ ਬੇਬੇ, ਬਿੰਦਰ ਦਾ ਪਰਿਵਾਰ ਵੀ ਸ਼ਰੀਫ ਹੈ, ਰਾਜੇ ਕਾ ਇਦੋਂ ਸ਼ਰੀਫ ਹੈ, ਛੱਡਣ ਨੂੰ ਤਾਂ ਉਹ ਵੀ ਛੱਡ ਸਕਦੀ ਸੀਗੀ, ਆਹੀ ਗੱਲ ਉਹ ਸੋਚ ਕੇ ਵਿਚਾਰੇ ਵੀ ਹੁਣ ਕਿਉਂ ਛੱਡਣੀਆਂ ਨੇ, ਸਿਹਰੇ ਨਾਲ ਵਿਆਹ ਕੇ ਲਿਆਂਦੀਆਂ, ਚੱਲ ਅਸੀਂ ਸੋਚ ਕੇ ਵਿਚਾਰੇ ਚੁੱਪ ਕਰ ਗਏ, ਹਾਰ ਕੇ ਕੀ ਕਰਨਾ। ਸਹੀ ਗੱਲ ਹੈ ਪੁੱਤ, ਹੁਣ ਤਾਂ ਤੁਹਾਨੂੰ ਅਸੀਂ ਸਬਰ ਕਰਨਾ ਪਊਗਾ, ਵੀ ਸਾਡੀ ਕਿਸਮਤ ਤਿੰਨਾਂ ਦੀ 'ਚ ਇਹੀ ਲਿਖੀਆਂ ਤੀਆਂ। ਹੋਰ ਇਹੀ ਤਾਂ ਗੱਲ ਹੈ, ਸਬਰ ਹੀ ਹੈ ਹੁਣ, ਹੋਰ ਕੀ ਹੈ, ਹੁਣ ਕਿਹੜਾ ਕੋਈ ਜ਼ੋਰ ਚੱਲਦਾ ਆਪਣਾ, ਤਿੰਨੇ ਇੱਕੋ ਜਿਹੇ ਹਾਂ ਅਸੀਂ ਤਾਂ, ਹੋਰ ਕੀ ਹੈ। ਚੱਲ ਮੈਂ ਡੰਗਰਾਂ ਨੂੰ ਸੰਨੀ ਕਰ ਦਿਆਂ ਬੇਬੇ। ਕਰ ਦੇ ਪੁੱਤ। ਖਲ ਖੁਲ ਪਿਉਂਤੀ ਤੀ ਤੇ? ਹਾਂ ਪਿਉਂਤੀ ਤੀ ਪੁੱਤ, ਖੜਤਾ ਮੈਂ। ਭਾਂਡਿਆਂ ਦਾ ਢੇਰ ਲੱਗਿਆ ਪਿਆ, ਭੈੜੇ ਲੱਗਦੇ ਉਰੇ ਬਈ। ਬੇਬੇ ਸੁੰਬਰੀ ਜਾਂਦੀ ਹੈ? ਹਾਂ ਪੁੱਤ, ਕਿਉਂ? ਭਾਂਡੇ ਦੇਖਦਾ ਤੇ ਮੈਂ ਢੇਰ ਲੱਗਿਆ ਪਿਆ, ਮੈਂ ਬੁਰੇ ਲੱਗਦੇ ਨੇ, ਕੋਈ ਆ ਜਾਏ ਕੀ ਕਹੂਗਾ। ਮਾਂਜਦੀ ਹਾਂ, ਹਜੇ ਤਾਂ ਮੇਰਾ ਰੀੜਿਆਂ ਦਾ ਵੀ ਢੇਰ ਲੱਗਿਆ ਪਿਆ, ਉਹ ਵੀ ਧੋਊਂਗੀ, ਕੋਈ ਨਹੀਂ ਮਾਂਜ ਦੂੰਗੀ ਹੌਲੀ ਹੌਲੀ। ਚੱਲ ਠੀਕ ਹੈ ਬੇਬੇ। ਸੁਪਾਲ, ਭਾਂਡਿਆਂ ਦਾ ਢੇਰ ਲੱਗਿਆ ਪਿਆ ਯਾਰ ਮਾਂਜਣ ਵਾਲਿਆਂ ਦਾ। ਕੋਈ ਨਾ ਮਾਂਜ ਦੂੰਗੀ ਬੇਬੇ। ਤੂੰ ਮਾੜਾ ਮੋਟਾ ਹੱਥ ਪੱਲਾ ਹਲਿਆ ਲਿਆ ਕਰ, ਬੇਬੇ ਵਿਚਾਰੀ ਹੌਲੀ ਹੌਲੀ ਕੰਮ ਕਰਦੀ ਹੈਗੀ, ਜੇ ਤੂੰ ਭਾਂਡੇ ਧੋ ਲੇਂਗੀ ਫਿਰ ਕੀ ਹੋਜੂ। ਕੋਈ ਗੱਲ ਨਹੀਂ, ਮੈਂ ਉਦੋਂ ਜ਼ਰੂਰ ਉੱਠ ਕੇ ਜਾਵਾਂ ਹੁਣ ਮਾਂਜਾਂ ਭਾਂਡੇ, ਪਹਿਲਾਂ ਹੀ ਬੇਬੇ ਮਾਂਜਦੀ ਹੁੰਦੀ ਹੈ ਭਾਂਡੇ, ਮਾਂਜ ਦੂੰਗੀ ਤੈਨੂੰ ਕੀ ਫਿਕਰ ਲੱਗ ਰਿਹਾ ਹੈ। ਨਾ ਨਾ ਮੈਨੂੰ ਤਾਂ ਕਾਹਦਾ ਫਿਕਰ ਹੈ, ਨਾ ਤੂੰ ਮੇਰੀ ਗੱਲ ਸੁਣ, ਬੇਬੇ ਵਿਚਾਰੀ ਸਾਰਾ ਦਿਨ ਕੰਮ ਕਰਦੀ ਹੈ ਬੁੜੀ ਹੋ ਕੇ ਵੀ, ਤੂੰ ਹਜੇ ਜਵਾਨ ਪਈ ਹੈ, ਤੈਥੋਂ ਤਾਂ ਕੰਮ ਨਹੀਂ ਹੁੰਦਾ, ਬੇਬੇ ਸਾਰਾ ਦਿਨ ਫਿਰਦੀ ਹੈ ਦੇਖ ਲਿਆ ਕੰਮ ਕਰਦੀ, ਮੈਂ ਤਾਂ ਐਂ ਕਹਿਣਾ। ਹੋਰ ਮੈਂ ਤਾਂ ਕਮਾਲ ਮੰਨਦੀ ਹਾਂ ਬੇਬੇ, ਵਿਚਾਰੀ 5 ਵਜੇ ਉੱਠ ਕੇ ਸਾਰਾ ਕੰਮ ਕਰਦੀ ਹੈ, ਤਾਂ ਦੀ ਤਕੜੀ ਬੇਬੇ ਤਾਂ ਤਕੜੀ ਪਈ ਹੈ, ਸਾਰਾ ਕੰਮ ਕਰਦੀ ਹੈ, ਲਾ ਗੋਹੇ ਕੂੜੇ ਤੋਂ ਲਾ, ਭਾਂਡਿਆਂ ਤੋਂ ਲਾ, ਕੱਪੜਿਆਂ ਤੋਂ ਲਾ, ਅੱਖ ਦੀ ਤੱਕ ਦੀ ਭੋਰਾ ਨਹੀਂ ਹੈਗੀ ਬੇਬੇ। ਆਹੋ ਬੇਬੇ ਤਾਂ 5 ਵਜੇ ਉੱਠ ਖੜਦੀ ਹੈ, ਨਾ ਤੂੰ ਤੂੰ ਨਹੀਂ ਤਾਂ ਨਾ ਹੈਗੀ,
ਜਿਹੜੀ 12-12 ਵਜੇ ਤੱਕ ਨਹੀਂ ਉੱਠਦੀ। ਐ ਨਹੀਂ ਕਰੀਦਾ ਹੁੰਦਾ, ਮਾੜਾ ਜਿਹਾ ਟਾਈਮ ਨਾਲ ਉੱਠੀਦਾ ਹੁੰਦਾ, ਇੰਨਾ ਆਲਸ ਚੰਗਾ ਨਹੀਂ ਹੁੰਦਾ। ਲੈ ਦੱਸ ਕਮਾਲ ਕਰਦਾ ਤੂੰ, ਤੂੰ ਕੋਈ ਸਮਝਦਾ ਵੀ ਜਿਹੜਾ ਬੰਦਾ ਲੇਟ ਉੱਠਦਾ ਉਹ ਆਲਸੀ ਹੁੰਦਾ? ਆਲਸੀ ਹੁੰਦਾ, ਹੋਰ ਕੀ ਹੁੰਦਾ? ਆਲਸੀ ਨਹੀਂ ਹੁੰਦਾ, ਇਹ ਤੇਰਾ ਭੁਲੇਖ ਹੈ, ਅਸਲ 'ਚ ਉਹਦੇ ਸੁਪਨੇ ਵੱਡੇ ਹੁੰਦੇ ਨੇ, ਦੇਖਦੇ ਦੇਖਦੇ ਟਾਈਮ ਲੱਗ ਜਾਂਦਾ ਉੱਠਣ 'ਚ, ਤਾਂ ਕਰਕੇ ਲੇਟ ਉੱਠਦਾ। ਅੱਛਾ ਅੱਛਾ, ਤੂੰ ਤਾਂ ਪੁੱਠੀ ਗੱਲ ਹੀ ਕਰਨੀ ਹੁੰਦੀ ਹੈ। ਚੱਲ ਹੁਣ ਉੱਠ ਖੜਾ, ਉੱਠ ਜਾ ਹੁਣ, ਭਾਂਡੇ ਧੋ, ਮੈਨੂੰ ਨਹੀਂ ਪਤਾ ਗਾ। ਕਿੱਥੇ ਯਾਰ ਮੈਂ ਐਡੀ ਵਾਟ ਤੁਰਦੀ ਫਿਰੂੰਗੀ, ਉੱਥੇ ਬੱਠਲ ਭਰਨਾ ਪਊਗਾ, ਪੀੜ ਆਉਣੀ ਪਊਗੀ, ਕਿੱਥੇ ਮੈਂ ਭਾਂਡੇ ਮਾਂਜੂੰਗੀ? ਲੈ ਕਿੱਥੇ ਨੂੰ ਕੀ ਹੈ, ਲੈ ਖੜੇ ਹੋ, ਮਾਂਜਣੇ ਪੈਣਗੇ ਤੈਨੂੰ ਭਾਂਡੇ ਤੱਜ। ਲੈ ਮੇਰੀ ਬਾਂਹ ਫੜ ਕੇ ਤੋਰ ਚੰਗਾ ਫਿਰ। ਬਾਂਹ ਫੜਨ ਨੂੰ ਦੱਸ, ਆਪਾਂ ਹਜੇ ਤੂੰ ਤੁਰੀ ਚੱਲ, ਤੂੰ ਆਪ ਥੱਕ ਜੂੰਗੇ, ਮੈਂ ਜਾਂਦੀ ਜਾਂਦੀ ਕਿੱਡੀ ਦੂਰ ਜਾਣਾ ਹੈ, ਫੜ ਬਾਂਹ। ਲੈ ਫੜ, ਥੱਕ ਜੂੰਗੀ ਕਿ ਉਹ ਪਏ ਨੇ, ਦੇਖ ਲੈ ਲੈ ਕਿੰਨੇ ਭਾਂਡੇ ਪਏ ਨੇ ਇਕੱਠੇ ਹੋਏ। ਲੈ ਕਰ ਤੂੰ ਸਰਫ ਮਾਰ ਭਾਂਡਿਆਂ ਦੇ ਵਿੱਚ ਜਾਂ ਸਾਬਣ ਮਾਰ, ਆ ਪਈ ਹੈ ਅਤੇ ਫਿਰ ਮੈਂ ਧੋਣੀ ਆ ਭਾਂਡੇ, ਨੇ ਪੀੜੀ ਚੱਕ ਲੈਣਾ, ਬੱਠਲ ਚੱਕ ਲਿਆ, ਗਰਮ ਪਾਣੀ ਪਾ ਲਈ ਉਧਰੋਂ। ਲੈ ਯਾਰ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ, ਲੈ ਇੰਨਾ ਤੱਤਾ ਠੰਡਾ ਪਾਣੀ ਲਿਆ ਕੇ ਦਊਂ ਤੈਨੂੰ, ਮੈਂ ਪੀੜੀਆਂ ਡਾਊਂਗਾ, ਸਰਫ ਮਾਰੂੰਗਾ, ਫਿਰ ਮੈਂ ਹੀ ਨਹੀਂ ਧੋ ਲੂੰ? ਲੈ ਹੁਣ ਇੰਨਾ ਕੁ ਦਿਨ ਤੋਂ ਤਾਂ ਦੇਣੀ ਪਊਗਾ, ਜਿਵੇਂ ਤਾਂ ਕੰਮ ਕਰਾਉਣਾ, ਇੰਨਾ ਕੁ ਤਾਂ ਕਰਨੀ ਪਊਗਾ ਤੈਨੂੰ। ਕਰਨੀ ਪਊਗਾ ਕਿ ਤੈਨੂੰ, ਜਮੀ ਹੱਦ ਹੋ ਰਹੀ ਹੈ ਤੇਰੇ ਕਣੀਓ, ਹੱਦ ਕਦੀ ਹੋ ਰਹੀ ਹੈਗੀ? ਫਿਰ ਦੱਸ ਕੀ ਲੈ, ਛੱਡ ਪਰਾਂ ਜੱਸੇ, ਤੂੰ ਇਹਨੂੰ ਕਿੱਧਰੋਂ ਬੁਲਾ ਲਿਆ ਆ, ਮੈਂ ਤਾਂ ਆਪੀ ਧੋ ਲੂੰਗੀ, ਆਪੀ ਮਾਂਜ ਲੂੰਗੀ ਮੈਂ ਤਾਂ। ਹੋਰ ਲੈ ਬੇਬੇ ਕਹੀ ਤੇ ਜਾਂਦੀ ਆ, ਮੈਂ ਆਪੇ ਮਾਂਜ ਲੂੰਗੀ। ਬੇਬੇ ਤੂੰ ਹੀ ਲਿਆ, ਮੈਨੂੰ ਖਿੱਚ ਲਿਆ, ਲੈ ਬੰਜੇ ਬੈਠੀ ਤੂੰ ਉੱਥੋਂ, ਕਹਿੰਦੇ ਭਾਂਡੇ ਮਾਂਜ ਦੇ, ਜੇ ਬੇਬੇ ਆਪੇ ਮਾਂਜ ਦੇ। ਇਸੇ ਤੋਂ ਮੈਂ ਜਾਵਾਂਗੇ ਅੱਜ, ਰਹਿਣ ਦੇ ਤੂੰ। ਚੱਲ ਕੋਈ ਨਹੀਂ ਪੁੱਤ, ਮੈਂ ਮਾਂਜ ਲੂੰਗੀ, ਕਾਹਨੂੰ, ਆਪੀ ਆਪੀ ਮਾਂਜੂਗੀ। ਕੋਈ ਨਹੀਂ, ਮੈਂ ਮਾਂਜ ਲੂੰਗੀ। ਬੇਬੇ ਹੁਣ ਤਕੜੀ ਹੈ, ਵਧੀਆ। ਬੇਬੇ ਤੂੰ ਕਿਉਂ ਤੰਗ ਹੋਣਾ, ਧੋਣ ਦੇ ਇਹਨੂੰ। ਛੱਡ ਪਰਾਂ ਜੱਸੇ, ਕਿਹੜੇ ਇਹਨੇ ਭਾਂਡੇ ਧੋਣੇ ਨੇ, ਚੱਲ ਕੁੜੇ ਤੂੰ ਤੁਰ ਜਾ। ਹੋਰ ਬੇਬੇ ਤੂੰ ਕਹੀ ਤਾਂ ਜਾਂਦੀ ਆ ਵੀ ਧੋ ਲੂੰਗੀ, ਲੈ ਮੈਨੂੰ ਹੀ ਤੰਗ ਕਰੀ ਜਾਂਦਾ। ਤੰਗ ਕਰੀ ਜਾਂਦਾ ਇਹਨੂੰ, ਤੰਗ ਕਾਹਦਾ ਕਰ ਲਿਆ ਤੈਨੂੰ? ਲੈ ਚੱਲ ਚੰਗਾ, ਮੇਰੇ ਮੰਜੇ ਤੱਕ ਛੱਡ ਕੇ ਆ। ਲੈ ਹੁਣ ਛੱਡ ਕੇ ਆਵੀ ਆਮਾ ਤੈਨੂੰ, ਮੈਂ ਆਪ ਵਗ ਜਾ, ਮੈਨੂੰ ਨਹੀਂ ਪਤਾ, ਛੱਡ ਕੇ ਆ ਇਹਨੂੰ। ਲੈ ਦੇਖ ਲਓ ਦੁਨੀਆ ਕਿੰਨੀ ਮਤਬਲੀ ਹੈ, ਜਦ ਤਾਂ ਮੈਂ ਤਾਂ ਭਾਂਡੇ ਮਜਾਉਣੇ ਸੀਗੇ, ਉਹ ਤਾਂ ਮੈਨੂੰ ਬਾਂਹ ਫੜ ਕੇ ਮੰਜੇ ਚੱਲਿਆ, ਹੁਣ ਛੱਡ ਕੇ ਵੀ ਨਹੀਂ ਆਉਂਦਾ ਹੈਗਾ, ਹੈ ਕੋਈ ਗੱਲ ਹੈ ਨਾ ਇਹ? ਚੱਲ ਮਨਾ, ਹੌਲੀ ਹੌਲੀ ਰਿਸਕ ਮੰਜੇ ਕੋਲ ਜਾ, ਹੌਲੀ ਹੌਲੀ ਆਈ ਜਾਣਾ ਪਊਗਾ, ਇਹ ਨਹੀਂ ਛੱਡ ਕੇ ਆਉਂਦਾ ਹੁਣ, ਜੇ ਤਾਂ ਲੋੜ ਤੀ ਉਹ ਤਾਂ ਫੜ ਲਿਆ ਵਾ। ਬੂਵੇ ਮਰ ਜਾ, ਮੇਰੇ ਤਾਂ ਜ਼ਮੀਨ ਤੁਰਨ ਨੂੰ ਜੀ ਕਰਦਾ। ਚੱਲ ਸੁਖਪਾਲ, ਹੌਲੀ ਹੌਲੀ ਚੱਲ ਮੰਜੇ ਕੋਲ ਲੱਗ, ਤੁਰਨੀ ਪਊਗਾ, ਬੈਠਣੀ ਪਊਗਾ ਮੰਜੇ ਤਾਂ। ਕਮਾਲ ਹੋਈ ਪਈ ਹੈ ਜ਼ਮੀਨ। ਆ ਖੜਾ ਮੋਟਰਸਾਈਕਲ ਦਾ, ਮੈਂ ਕਿਤੇ ਵਗ, ਤੂੰ ਉੱਡਿਆ ਹੈ ਓਏ, ਨਰਾਜ਼ ਹੋ ਕੇ। ਨਾ ਬਾਈ ਗੱਲ ਸੁਣ, ਮੈਂ ਕਿੰਨੇ ਬਾਜਾਂ ਮਾਰੀਆਂ, ਭਾਬੀ ਸਾਹਮਣੇ ਬੈਠੀ ਮੋਬਾਈਲ ਦੇਖੀ ਹੁੰਦੀ ਸੀ, ਮੈਂ ਆਵਣਾ ਯਾਰ। ਉਹ ਤੂੰ ਆਪ ਚੱਕ ਲੈਂਦਾ ਯਾਰ, ਤੈਨੂੰ ਪਤਾ ਤਾਂ ਹੈਗਾ ਉਹਦਾ ਆਲਸੀ ਦਾ। ਮੈਂ ਤਾਈ ਨੂੰ ਵੀ ਦੇਖਿਆ, ਉਹ ਵੀ ਨਹੀਂ ਦਿਖੀ ਕਿਤੇ। ਤਾਈ ਉਹ ਗੁਰਦੁਆਰੇ ਭਾਗੀ ਬੇਬੇ ਤਾਂ, ਹੋਰ ਮੈਂ ਭਾਗਿਆ ਖੇਤ ਯਾਰ, ਸਰੀ ਪਿਆਗਾ। ਉਹ ਮੈਂ ਖੇਤ ਭਾਗਿਆ, ਸਬਜ਼ੀ ਜੀ ਰਮਾਉਣੀ ਸੀਗੀ, ਲੇਟ ਆ ਗਈ ਤੀ, ਮੈਂ ਭੱਜ ਕੇ ਮੈਂ ਛੱਡਿਆ, ਨਹੀਂ ਤੈਨੂੰ ਪਤਾ ਮੈਂ ਤਾਂ ਖੜ ਨਹੀਂ ਦਿੰਦਾ ਤੈਨੂੰ, ਉਹਦੀ ਫੜਾ ਦੇਣਾ ਮੈਂ ਤਾਂ ਰੋਜ਼। ਉਹ ਤਾਂ ਠੀਕ ਹੈ ਬਾਈ, ਮੈਂ ਤੈਨੂੰ ਖੜਾਇਆ ਕਦੇ 2 ਮਿੰਟ ਨਹੀਂ ਖੜਾਇਆ ਮੈਂ। ਗੱਲ ਮੰਨਦਾ, ਮੈਂ ਤੈਨੂੰ ਦੱਸਦਾ, ਮੈਂ ਆਪ ਹੀ ਚੱਕ ਕੇ ਪਾ ਲੈਂਦਾ, ਠੀਕ ਹੈ? ਇੱਕ ਦਿਨ ਮੈਂ ਪਾਉਣ ਲੱਗਾ, ਉਹ ਤੁਹਾਡੀ ਕੱਟੀ ਜੀ ਨੇ ਸਿੰਗ ਪਾ ਲਿਆ ਢੋਲ 'ਚ। ਅੱਛਾ, ਹੋਰ ਉਹ ਆਈ ਹੈ, ਉਹ ਤਾਂ ਰੋਜ਼ ਕੁੱਟ ਖਾਂਦੀ ਹੈ ਮੈਥੋਂ, ਹੋਰ ਯਾਰ ਬੜੀ ਭੈੜੀ ਹੈ। ਹੋਰ ਭਾਬੀ ਮੋਏ ਨਾਲ ਬੈਠੀ ਉੱਥੇ ਯਾਰ, ਜਮੀ ਗੱਲ ਨਹੀਂ ਸੁਣੀ ਉਹਨੇ ਤਾਂ ਮੇਰੀ। ਉਹ ਤਾਂ ਪੁੱਛੇ ਨਾ, ਬਸ ਸਰੇ ਪਿਆ ਯਾਰ, ਤਾਂ ਹੀ ਤਾਂ ਮੈਂ ਘਰੇ ਰਹਿਣਾ, ਤੇ ਇੱਥੋਂ ਬਾਅਦ ਜਾਂਦਾ ਮੈਂ ਜਿੱਧਰ ਵੀ ਜਾਣਾ ਹੋਵੇ, ਦੁੱਧ ਫੜਾ ਕੇ ਫੇਰ ਜਾਊਂਗਾ। ਅੱਛਾ, ਹੋਰ ਬੇਬੇ ਗੁਰਦੁਆਰੇ ਵਗ ਗਈ ਕਿਤੇ, ਮੈਂ ਵਗ ਗਿਆ ਸਬਜ਼ੀ ਰਮਾਉਣ, ਖੇਤ ਲੈਟ ਆ ਗਈ ਤੀ, ਮੈਂ ਕੋਲੇ ਖੜਕੀ ਰਮਾ ਦਈਏ, ਫਿਰ ਮੈਂ ਪਾਣੀ ਗਾਹ ਲੰਘ ਜੂਗਾ, ਐਂ ਹੋ ਗਿਆ ਕੰਮ। ਕੱਲ੍ਹ ਤਾਂ ਉਹੀ ਹੈ ਬਾਈ, ਬਣ ਕੇ ਮਾੜਾ ਜਿਹਾ ਕੰਧ ਕੁੰਧ ਨਾਲ ਲਾ ਕੇ ਚੱਕ ਲਿਆ ਕਰ, ਜੇ ਨਾ ਹੋਵਾਂ ਤਾਂ ਮੈਂ ਰਹਿਣਾ ਬਾਈ। ਕੰਧਰਾਂ ਲਾਰਨੇ ਯਾਰ, ਲੋਕਾਂ ਦਾ ਕੋਈ ਭਰੋਸਾ ਨਹੀਂ, ਬਾਈ ਬਾਅਦ 'ਚ ਦੁੱਧ ਕੱਢ ਲਏ ਜੇ ਅੰਦਰ ਮੈਂ ਵਗ ਗਿਆ। ਹਾਂ ਇਹ ਵੀ ਨਹੀਂ ਪਤਾ, ਆਂਢੀ ਗੁਆਂਢੀ ਦਾ ਹੈ ਨਾ। ਹੋਰ
ਇੱਕ ਤਾਂ ਲੋਕ ਪਾਣੀ ਧਾਣੀ ਕਰਕੇ ਦਿੰਦੇ ਨੇ, ਫਿਰ ਅਗਲਾ ਕਹਿੰਦਾ ਸਾਡੀ ਫੈਕਟਰੀ ਵਧਾਉਂਦਾ, ਆ ਗਵਾਂਢੀਆਂ ਦੇ ਵੀ ਮੈਨੂੰ ਦੱਸਦੇ ਸੀ ਕਹਿੰਦੇ ਬੋਲੀ ਜਾਂਦਾ ਸੀ, ਕੀ ਹੋ ਗਿਆ ਜੀ ਉਹਨਾਂ ਦੇ? ਕਾਨੂੰਨ ਯਾਰ ਫੈਂਟ ਤੇ ਦੁੱਧ ਸੀ ਉਹਨਾਂ ਦਾ, ਠੀਕ ਹੈ, ਫਿਰ ਜੇ ਹੁਣ ਫੈਂਟ ਜੇ ਪਾਣੀ ਪਾਵਾਂਗੇ ਤਾਂ ਫੈਂਟ ਤਾਂ ਘੱਟ ਨਹੀਂ ਹੈ, ਫਿਰ ਫੈਂਟ ਘੱਟ ਹੁੰਦੀ, ਫਿਰ ਕਹਿੰਦੇ ਸਾਡੀ ਫੈਂਟ ਕਢਾਤੀ, ਉਹ ਤਾਂ ਘਟੂਗੀ ਕਹਿੰਦੇ ਹੁਣ, ਉਹੀ ਤਾਂ ਗੱਲ ਹੈ, ਜੇ ਪਾਣੀ ਪਾਉਂਗੇ ਤਾਂ ਘਟੂਗੀ, ਦੁੱਧ ਹੀ ਤੁਹਾਡਾ ਫੈਂਟ ਤੇ ਹੈਗਾ, ਫਿਰ ਕੀ ਲੋੜ ਹੈ ਹਾਂ ਪਾਣੀ ਦੀ, ਤੂੰ ਵੀ ਨੀ ਲੋੜ ਪਾਣੀ ਦੀ, ਤਾਂ ਪਾਣੀ ਜਾਂਦੇ ਨੇ ਇਹ ਗੱਲ, ਇਹ ਹੋਰ ਹੈਗੀ ਇਹ ਜਿਹੇ ਨੇ ਉਹ ਚੱਲ ਨਾ ਰਿੜਕਾਂਗੇ, ਮੈਂ ਉਨਾ ਹੀ ਪਾਵਾਂਗੇ, ਪਤਾ ਚੱਲ ਪਾਉਂਦੇ ਆ, ਹੋਰ ਸਾਰ ਲੋਕ ਦਿਨ ਤਾਂ ਕੀ ਹੁੰਦਾ, ਚੱਲ ਠੀਕ ਆ ਬਾਈ, ਠੀਕ ਹੈ ਠੀਕ ਹੈ, ਮੇਰੀ ਗੱਲ ਸੁਣ, ਕੀ ਕਰਦਾ? ਮੈਂ ਤਾਂ ਸਬਜ਼ੀ ਧੋ ਕੇ ਲਿਆਉਣਾ, ਚਲੇ ਤਾਂ ਫਿਰ ਧੋ ਲਈ, ਮੈਂ ਤੈਨੂੰ ਦੱਸਦੀ ਹਾਂ ਕਿ ਮੇਰੀ ਭੈਣ ਦਾ ਫੋਨ ਆਇਆ ਸੀਗਾ, ਪੰਮੀ ਦਾ, ਬਿੰਦਰ ਅਤੇ ਪੰਮੀ ਉਰੇ ਆਉਂਦੇ ਨੇਗੇ, ਚਾਰ ਪੰਜ ਦਿਨ ਲਾਉਣਗੇ, ਅੱਛਾ ਹਾਂ, ਫਿਰ ਤਾਂ ਔਖਾ ਹੀ ਹੋਜੂ ਕੰਮ ਯਾਰ, ਪੰਮੀ ਤਾਂ ਆਪ ਤੇਰੇ ਵਾਂਗੂ ਡੱਕਾ ਤੋੜ ਕੇ ਕੁਛ ਨਹੀਂ ਹੈਗੀ, ਇਹ ਤਾਂ ਫਿਰ ਸਾਨੂੰ ਔਖਾ ਹੋਜੂ, ਮੈਂ ਤੇ ਬੇਬੇ ਨੂੰ ਸਾਡੇ 'ਤੇ ਆਜੂ ਸਾਰੀ ਗੱਲ, ਸਾਨੂੰ ਕਰਨਾ ਪਊ ਸਭ ਕੁਛ, ਲੈ ਹੁਣ ਮੇਰੀ ਭੈਣ ਤਾਂ ਪੜ੍ਹਾਈ ਇੱਦਾਂ ਆਉਣੀ ਹੈ, ਮੈਨੂੰ ਤਾਂ ਬੰਦਾ ਆਉਂਦਾ ਹੀ ਹੁੰਦਾ, ਉਹ ਤਾਂ ਠੀਕ ਹੈ ਯਾਰ, ਆਉਣਾ ਤਾਂ ਹੈਗਾ, ਬਿੰਦਰ ਆਊ ਨਾਲ? ਹਾਂ ਬਿੰਦਰ ਆਊਗਾ, ਫਿਰ ਉਹ ਤਾਂ ਸਾਡੇ ਨਾਲ ਕਰਾ ਦਿਆ ਕਰੂਗਾ, ਚੱਲ ਕੋਈ ਨਾ, ਫਿਰ ਕਹਿੰਦੀ ਆ ਜਾਣਗੇ, ਠੀਕ ਹੈ, ਉਹ ਤਾਂ ਕਰਾ, ਤੈਂ ਕਰ, ਉਹ ਆਲੂ ਉਹਨੇ ਮਿੱਟੀ ਵਾਲੀ ਲੱਗ ਰਹੀ ਹੈ ਕਿ ਸਮਾਰ ਕੇ ਧੋ ਨਹੀਂ, ਕਿ ਕਰਾਈ ਜਾਵੇ ਸਬਜ਼ੀ 'ਚੋਂ, ਧੋਊਂਗਾ ਉਹਨੂੰ ਵੀ ਧੋਊਂਗਾ, ਹਾਂ ਪਹਿਲਾਂ ਆ ਤਾਂ ਧੋ ਲਿਆ ਮੈਂ, ਇਹ ਧੋ ਲਿਆ ਪਹਿਲਾਂ, ਸਮਾਰ ਕੇ ਧੋ ਲਈ ਖੁੱਲ੍ਹੇ ਜਿਹੇ ਪਾਣੀ 'ਚ, ਲੈ ਧਨੀਆ ਆ ਪਿਆਗਾ ਕਨੌਲੀ 'ਤੇ ਤਰਿਆ, ਐਂ ਨਹੀਂ ਹੈਗਾ ਵੀ ਧਨੀਆ ਵੀ ਕੱਟ ਕੇ ਵਿੱਚ ਹੀ ਧੋ ਲਿਆ ਵਾਂ, ਫਿਰ ਧਨੀਆ ਤੇਰਾ ਉੱਕਦਾ ਰਹੂਗਾ ਘੰਟਾ, ਅੱਛਾ ਇਹਦੀ ਭੈਣ ਹੋਰ ਆਉਣਗੇ? ਹੋਰ ਕਹਿੰਦੀ ਤੀ ਮੈਨੂੰ, ਕਹਿੰਦੀ ਪੰਮੀ ਦਾ ਫੋਨ ਆਇਆ, ਉੱਥੇ ਬਿੰਦਰ ਆਉਣਗੇ ਅੱਗੇ, ਚਾਰ ਪੰਜ ਦਿਨ ਰਹਿਣਗੇ ਆਪਣੇ ਕੋਲ, ਬੂ ਬੂ ਚਾਰ ਪੰਜ ਦਿਨ, ਆਪਾਂ ਨੂੰ ਤਾਂ ਔਖਾ ਹੋ ਜੂ ਦੱਸੇ, ਮੈਂ ਤਾਂ ਹੁਣ ਤੁਹਾਡੀ ਦੋ ਰੋਟੀਆਂ ਮਸਾਂ ਥੱਪਦੀਆਂ ਦੋਨਾਂ ਦੀਆਂ, ਹੁਣ ਫਿਰ ਦੋ ਜਣੇ ਉਹ ਜਾਣਗੇ, ਆਪਾਂ ਨੂੰ ਤਾਂ ਔਖਾ ਹੋ ਜੂ ਕੰਮ ਦਾ ਪੁੱਤ, ਔਖਾ ਤਾਂ ਹੋ ਜੂਗਾ ਬੇਬੇ, ਹੁਣ ਰਿਸ਼ਤੇਦਾਰਾਂ ਨੂੰ ਜਵਾਬ ਤਾਂ ਨਹੀਂ ਦਿੱਤਾ ਜਾਂਦਾ, ਕੋਈ ਗੱਲ ਨਹੀਂ ਫਿਰ ਆ ਜਾਣ, ਹੋਰ ਕੀ ਹੈ, ਹੈਂ ਜਵਾਬ ਤਾਂ ਦਿੱਤਾ ਨਹੀਂ ਜਾਂਦਾ ਵੀ ਨਾ ਉਹ ਭਾਈ, ਜਵਾਬ ਤਾਂ ਕਿੱਥੇ ਦਿੱਤਾ ਜਾਂਦਾ ਪੁੱਤ, ਚੱਲ ਮੈਂ ਕਰਾ ਦਿਆ ਕਰੂੰ ਤੇਰੇ ਨਾਲ ਕੰਮ, ਮੈਂ ਪਹਿਲਾਂ ਕਿਹੜਾ ਕਰਾਇਆ ਨਹੀਂ ਕਦੇ, ਸਬਜ਼ੀ ਸੁਬਜ਼ੀ ਮੈਂ ਬਣਾ ਦਿਆ ਕਰੂੰਗਾ, ਬਣਾਉਂਦੇ ਰਹਿੰਦਾ ਹੂੰ ਵੀ ਬਣਾ ਦੇਣਾ, ਬਾਕੀ ਬਿੰਦਰ ਹੋਊਗਾ ਉਹ ਵੀ ਮੇਰੇ ਵਾਂਗੂ ਹੀ ਹੈ ਵਿਚਾਰਾ, ਉਹ ਵੀ ਬਟਾ ਦਿਆ ਕਰੂ ਆਪਣੇ ਨਾਲ ਹੱਥ, ਉਹ ਕਰਾ ਦਿਆ ਕਰੂਗਾ, ਚੱਲ ਠੀਕ ਹੈ ਪੁੱਤ, ਕਰਾਂਗੇ ਫਿਰ ਟਾਈਮ ਪਾਸ, ਤਾਂ ਔਖੇ ਸੌਖੇ ਕੀ ਕਰੀਏ, ਹੋਰ ਕਰਨੇ ਪਊਗਾ, ਤਾਂ ਹੀ ਤਾਂ ਕਹਿੰਦੇ ਆਪਾਂ ਕਰ ਲਿਆ ਕਰਾਂਗੇ, ਫਿਰ ਇਹ ਬੈਠੇ ਰਹਿਣਗੇ ਮਹਾਰਾਣੀ ਬਣ ਕੇ, ਹੋਰ ਔਖਾ ਪੁੱਤ, ਨਾਲੇ ਦੁੱਖ ਸੁੱਖ ਕਰ ਲੂਗਾ ਵਿਚਾਰਾ ਮੇਰੇ ਨਾਲ, ਚੱਲ ਕਰਾਂਗੇ ਟਾਈਮ ਪਾਸ ਪੁੱਤ, ਹੋ ਜੀ ਕਰਾਂਗੇ, ਹਾਂ ਆ ਕੀਦਾ ਆ ਗਿਆ ਰਾਜੇ ਦੇ, ਹੈਲੋ, ਹਾਂ ਰਾਜੇ, ਹਾਂ ਵਧੀਆ ਵਧੀਆ ਬਾਈ ਵਧੀਆ, ਹੋਰ, ਹਾਂ ਆਉਣਗੇ, ਅੱਛਾ ਤੁਸੀਂ ਵੀ ਆ ਰਹੇ ਹੋ, ਅੱਛਾ ਅੱਛਾ ਅੱਛਾ, ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਕੋਈ ਨਾ ਬਾਈ ਆ ਜਾਓ, ਕੋਈ ਗੱਲ ਨਹੀਂ, ਠੀਕ ਹੈ ਬਾਈ, ਬੇਬੇ ਉਹ ਰਾਜਾ ਅਤੇ ਰਾਣੀ ਵੀ ਆ ਰਹੇ ਨੇ, ਲੈ ਪੁੱਤ ਆਪਾਂ ਨੂੰ ਤਾਂ ਬਾਹਲ ਹੀ ਔਖਾ ਹੋਜੂ, ਉਹ ਕਹਿੰਦਾ ਮੈਨੂੰ ਫੋਨ ਕਰਿਆ ਸੀਗਾ ਰਾਣੀ ਨੇ ਵੀ ਤੁਸੀਂ ਕਿੱਥੇ ਹੋ ਕੀ ਕਰਦੇ ਹੋ, ਉਹ ਕਹਿੰਦੀ ਅਸੀਂ ਤਾਂ ਉੱਥੇ ਜਾਈ ਜਾਂਦੇ ਹਾਂ, ਤੁਸੀਂ ਵੀ ਆ ਜਾਓ, ਲੈ ਹੈਂ ਔਖਾ ਹੋਜੂ ਆਪਾਂ ਨੂੰ, ਚੱਲ ਕੋਈ ਨਾ ਫਿਰ ਹੋਰ ਕੀ ਕਰੀਏ ਹੁਣ,
ਇਹ ਆ ਜਾਣਗੇ ਜਿੱਥੇ ਉਹ ਆਉਣਗੇ, ਦੋ ਗੱਲੀਆਂ ਹੋਰ ਲੈ 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 ਜਾਣਗੀਆਂ, ਹੋਰ ਕੀ ਹੈ। ਚੱਲ ਕੋਈ ਨਾ ਬੇਬੇ, ਕਰਾ ਦਿਆ ਕਰੂੰ ਮੈਂ, ਤੈਨੂੰ ਦੱਸਿਆ ਤਾਂ ਹੈਗਾ, ਰਲ ਮਿਲ ਕੇ ਕਰ ਲਿਆ ਕਰਾਂਗੇ, ਤਿੰਨੇ ਭਾਈ ਨਾਲੇ ਅਸੀਂ ਦੁੱਖ ਸੁੱਖ ਕਰ ਲਾਂਗੇ। ਹੈਂ ਵੀ ਕਿੰਨੇ ਕੁ ਤੂੰ ਕਿੰਨਾ ਕੁ ਤਪਾਇਆ ਹੋਇਆ, ਮੈਂ ਕਿੰਨਾ ਕੁ, ਪਤਾ ਲੱਗ ਜੂ ਨਾਲੇ। ਚੱਲ ਪੁੱਤ ਨਾ, ਤੁਹਾਡਾ ਢਿੱਡ ਹੌਲਾ ਹੋ ਜੂ, ਫਿਰ ਹੋਰ ਕਿਹੜਾ ਆਪਣਾ ਜ਼ੋਰ ਚੱਲਦਾ ਹੈ। ਜ਼ੋਰ ਕੀ ਹੈ? ਚੱਲ ਕੋਈ ਗੱਲ ਨਹੀਂ ਪੁੱਤ, ਬਿੰਦਰ ਤੇ ਰਾਜੇ ਦਾ ਤਾਂ ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਇਹਨਾਂ ਤੇ ਤਿੰਨਾਂ ਤੇ ਗੁੱਸਾ ਚੜਦਾ ਜਦੋਂ ਇਹ ਆਲਸੀਆਂ ਬਹਿ ਜਾਂਦੀਆਂ ਨੇ ਪੰਥੀ ਮਾਰ ਕੇ, ਕੰਮ ਦਾ ਡੱਕਾ ਨਹੀਂ ਤੋੜਦੀਆਂ, ਇਹ ਬੁਰੀਆਂ ਲੱਗਦੀਆਂ ਨੇ ਫਿਰ ਮੈਨੂੰ। ਦੇਖੀਆਂ ਤਾਂ ਹੈਗੀਆਂ ਨੇ ਪੁੱਤ, ਤੂੰ ਮਹਾਰਾਣੀਆਂ ਬਣ ਕੇ ਬਹਿ ਜਾਂਦੀਆਂ ਨੇ ਤਾਂ। ਦੇਖੀਆਂ ਬੇਬੇ ਦੇਖੀਆਂ, ਹੁਣ ਕਰੀਏ ਕਿ ਇਹਨਾਂ ਦਾ ਇਲਾਜ ਨਹੀਂ ਹੈਗਾ ਕੋਈ, ਆਲਸ ਇਹਨਾਂ ਦੇ ਹੱਡਾਂ 'ਚ ਰਚ ਗਿਆ। ਹੈਂ ਗੁੱਸਾ ਤਾਂ ਮੈਨੂੰ ਬਥੇਰਾ ਚੜ੍ਹਦਾ, ਹੁਣ ਗੁੱਸਾ ਚੜ੍ਹਾ ਕੇ ਕਰਾਂਗੇ ਕੀ? ਚੱਲ ਪੁੱਤ, ਫਿਰ ਆਪਣੇ ਕਰਮਾਂ 'ਚ ਲਿਖੀਆਂ ਤੀਆਂ, ਹੋਰ ਕੀ ਹੈ, ਮਨ ਸਮਝਾ ਲਾਂਗੇ। ਹੋਰ ਆ ਜਾਣਦੇ, ਹੁਣ ਆ ਜਾਣਦੇ। ਹੋਰ ਹੋ ਗਿਆ ਤੱਤਾ ਪਾਣੀ? ਦੇਖਦੀ ਹਾਂ, ਹਾਂ ਹੋ ਰਿਹਾ, ਵਾਧੂ ਹੋ ਰਿਹਾ। ਚੱਲ ਭਾਂਡੇ ਭੁੰਡੇ ਧੋਤੇ ਜਾਣ। ਹੋਰ ਸਾਡੀ ਤਾਂ ਬਾਈ ਕੋਈ ਸਕੀਮ ਨਹੀਂ ਸੀ ਆਉਣ ਦੀ, ਪੰਮੀ ਨੇ ਰਾਣੀ ਨੂੰ ਫੋਨ ਕਰਤਾ, ਕਹਿੰਦੀ ਅਸੀਂ ਜਾਂਦੇ ਹਾਂ ਤੁਸੀਂ ਵੀ ਆ ਜਾਓ, ਇਹ ਕਹਿੰਦੀ ਮੈਂ ਜਾਣਾ, ਮੈਂ ਚੱਲ ਵਗ ਚੱਲਦੇ ਹਾਂ, ਬਹਾਨੇ ਨਾਲ ਇਕੱਠੇ ਹੋ ਜਾਵਾਂਗੇ, ਫਿਰ ਮੇਰਾ ਵੀ ਇਰਾਦਾ ਜਿਹਾ ਬਣ ਗਿਆ, ਮੈਂ ਚੱਲ ਵਗ ਚੱਲਦੇ ਹਾਂ। ਚੱਲ ਵਧੀਆ ਕਰਿਆ, ਹਾਂ ਵਧੀਆ ਕਰਿਆ, ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਤੇ ਨਾਲੇ ਇਕੱਠੇ ਹੋਇਆ ਨੂੰ, ਹੋਰ ਖਾਸ ਹੋਰ ਤਿੰਨੇ ਭਾਈ ਦੁੱਖ ਸੁੱਖ ਕਰ ਲਾਂਗੇ। ਹਾਂ ਸਹੀ ਗੱਲ ਆ ਬਾਈ ਤੇਰੀ, ਹੋਰ ਰਜਾਈ ਚ ਬਹਿ ਕੇ ਮਾਰ ਲਿਓ ਗੱਲਾਂ, ਦੁੱਖ ਸੁੱਖ ਕਰ ਲਿਓ, ਇਹ ਦੇਣਗੇ ਤੁਹਾਨੂੰ ਪਰੌਂਠੇ ਪਕਾ ਕੇ, ਖਾ ਲਿਓ ਤਿੰਨੇ ਭਾਈ। ਸਹੀ ਗੱਲ ਆ ਮਾਸੀ ਤੇਰੀ, ਆਪਾਂ ਨੂੰ ਕਿਹੜਾ ਟਾਈਮ ਲੱਗਣਾ ਦੁੱਖ ਸੁੱਖ ਕਰਨ ਦਾ, ਦਾਲਾਂ ਰੋਟੀਆਂ ਸਬਜ਼ੀਆਂ ਤਾਂ ਆਪ ਨੂੰ ਬਣਾਉਣੀਆਂ ਪੈਣਗੀਆਂ। ਹੈ ਇੱਕਾ ਵਿਚਾਰੀ ਮਾਸੀ ਆਪਣਾ ਜਿਹੜੀ ਸਾਥ ਦੇਊਗੀ। ਸਹੀ ਗੱਲ ਆ ਬਾਈ ਯਾਰ ਤੇਰੀ, ਬਾਈ ਯਾਰ ਮੈਂ ਤਾਂ ਆਪ ਇੱਕ ਗੱਲ ਤੋਂ ਹੈਰਾਨ ਆ ਯਾਰ, ਤਿੰਨੇ ਚਾਰੇ ਭੈਣ ਭਾਈਆਂ 'ਚ ਚੱਲ ਮੰਨਿਆ ਵੀ ਇੱਕ ਅੱਧਾ ਇਹੋ ਜਿਹੇ ਸੁਭਾਅ ਦਾ ਹੁੰਦਾ, ਇਹ ਤਿੰਨੀ ਭੈਣਾਂ ਇੱਕੋ ਜਿਹੇ ਨੇ, ਤਿੰਨੀ ਆਲਸੀ ਨੇ ਯਾਰ ਇਹ ਤਾਂ। ਹੋਰ ਬਾਈ ਇਸ ਕੋਲੋਂ ਤਾਂ ਮੈਂ ਹੈਰਾਨ ਹਾਂ, ਹੈ ਪਰ ਉਹ ਹੈਰਾਨੀ ਹੋਣੀ ਵੀ ਨਹੀਂ ਚਾਹੀਦੀ, ਇਹਨਾਂ ਤਾਂ ਸਾਰਾ ਲਾਣਾ ਹੀ ਆਲਸੀਆਂ ਦਾ ਵੱਜਦਾ। ਵੱਜਦਾ ਬਾਈ ਵੱਜਦਾ, ਮੈਂ ਵੀ ਸੁਣਿਆ। ਰਾਮ ਨਾਲ ਬਹਿ ਜਾ ਤੂੰ ਟਿੱਕੇ, ਵੱਜਦਾ ਸਾਡਾ ਲਾਣਾ ਆਲਸੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਾਡੇ ਤਿੰਨੇ ਭੈਣਾਂ ਦਾ ਤੂੰ ਕੀ ਆਲਸ ਦੇਖ ਲਿਆ। ਉਹੀ ਤਾਂ ਗੱਲ ਹੈ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ। ਨਾ ਨਾ ਸੋਨੂੰ ਸਮਝ ਕਾਹਦੀ ਲੱਗਣੀ ਹੈਗੀ, ਬਾਕੀ ਤੁਹਾਡੇ 'ਚ ਤਾਂ ਆਲਸ ਜਮੀ ਨਹੀਂ ਹੈਗਾ, ਤਿੰਨੇ ਜਣੀਆਂ ਚੜ੍ਹ ਕੇ ਮੰਜੇ 'ਤੇ ਬੈਠੀਆਂ ਰਹਿਣੀਆਂ, ਕੰਮ ਧੰਦੇ ਸਾਨੂੰ ਕਰਨੇ ਪੈਂਦੇ ਨੇ ਜਾਂ ਸਾਡੀਆਂ ਮਾਵਾਂ ਨੂੰ ਕਰਨੇ ਪੈਂਦੇ ਨੇਗੇ, ਤੁਹਾਡੇ 'ਚ ਆਲਸ ਤਾਂ ਹੈ ਹੀ ਨਹੀਂ ਜਮੀ ਵੀ। ਉਹੀ ਤਾਂ ਗੱਲ ਆ ਬਾਈ, ਮੈਂ ਤਾਂ ਇਹ ਕਹਿਣਾ ਹਾਲੇ ਮੇਰੀ ਭੈਣ ਕੁਮਾਰੀ ਹੈ, ਹੈ ਸਾਲ ਨੂੰ ਉਹਦਾ ਵਿਆਹ ਕਰ ਦਾਂਗੇ, ਵੀ ਮਾਂ ਮੇਰੇ ਤੋਂ ਕੰਮ ਬਣਦਾ ਨਹੀਂ, ਇੰਨਾ ਬਿਮਾਰ ਠਮਾਰ ਰਹਿੰਦੀ ਹੈ ਵੀ ਮੇਰਾ ਤਾਂ ਜਮੀ ਔਖਾ ਹੋ ਜੂ, ਮੈਂ ਤਾਂ ਕੰਮ ਜਮੀ ਔਖਾ ਹੋ ਜੂ, ਮੈਂ ਤਾਂ ਇਹੀ ਸੋਚ ਲੱਗੀ ਰਹਿੰਦੀ ਮੈਨੂੰ ਤਾਂ। ਆਹੀ ਤਾਂ ਗੱਲ ਹੈ ਪੁੱਤ, ਆਹੀ ਤਾਂ ਫਿਕਰ ਮੈਨੂੰ ਲੱਗਿਆ ਰਹਿੰਦਾ ਵੀ ਮੇਰੇ ਤੋਂ ਬਾਅਦ ਜੱਸੇ ਦਾ ਕੀ ਬਣੂਗਾ, ਹੁਣ ਤਾਂ ਮੈਂ ਹੌਲੀ ਹੌਲੀ ਕੰਮ ਧੰਦਾ ਜਿਹਾ ਕਰ ਲੈਂਦੀ ਹਾਂ। ਹੋਰ ਮਾਸੀ ਮੇਰੀ ਬੇਬੇ ਤਾਂ ਆਪ ਹੀ ਕਰਦੀ ਹੈ ਸਾਰੇ ਕੰਮ ਧੰਦੇ, ਨਾਲੇ ਗੋਡੇ ਦੁਖਦੇ ਨੇ, ਇਹ ਤਾਂ ਡੱਕਾ ਤੋੜ ਕੇ ਨਹੀਂ ਦਿੰਦੀ। ਆਹ ਤੋੜਦੀ ਨਹੀਂ ਡੱਕਾ, ਨਾ ਪਰਸੋਂ ਚੌਥੇ ਤਾਂ ਪੱਗ ਬੰਨਣੀ ਸੀ, ਤੇਰੀ ਪੱਗ ਦੀ ਪੂਣੀ ਕਰਾਈ ਨਹੀਂ ਮੈਂ। ਓ ਹਾਂ ਸੱਚ ਓਏ, ਕਿੱਡਾ ਕੰਮ ਕਰਿਆ ਤੂੰ, ਮੈਂ ਤਾਂ ਭੁੱਲੀ ਗਿਆ ਤੀ। ਗੱਲ ਪਤਾ ਕੀ ਤੀ ਬਾਈ, ਗੱਲ ਸਾਰੀ ਐਂ ਤੀ, ਸਾਡੇ ਪਿੰਡ 'ਚ ਕਿਸੇ ਦੇ ਖੰਡ ਪਾਠ ਤੀਗਾ, ਮੈਂ ਚੱਲ ਆ ਪੱਗ ਬੰਨ ਕੇ ਚੱਲ ਦਿਆਂਗੇ, ਇਹਦਾ ਮੈਂ ਜ਼ੋਰ ਲਾ ਲਿਆ ਵੀ ਤੂੰ ਮੇਰੇ ਨਾਲ ਪੂਣੀ ਕਰਾ ਦੇ, ਹਾੜੇ ਕੱਢ ਲਏ, ਮੈਂ ਇਹ ਨਹੀਂ ਉੱਠੀ, ਬੇਬੇ ਨੂੰ ਕਰਾਉਣੀ ਨਹੀਂ ਆਉਂਦੀ, ਹੱਥ ਪੱਲਾ ਬੰਨ ਕੇ ਮਸਾਂ ਖੜੀ ਕਰਾ ਕੇ ਇਹਨੂੰ ਮੈਂ ਪੂਣੀ ਕਰਵਾਈ, ਫਿਰ ਪੂਣੀ ਤਾਂ ਮੇਰੇ ਨਾਲ ਕਰਾਤੀ ਮਾਂ ਦਿੱਤੀ ਨੇ ਹੱਥ ਪੱਲੇ ਬਣਾ ਕੇ, ਫਿਰ ਸੌਂਗੀ, ਫਿਰ ਤੂੰ ਐਂ ਲਾ ਲਾ ਸਾਹਿਬ ਬਾਈ, ਆਥਣ ਦੇ ਪੌਣੇ ਅੱਠ ਦੇਖ ਲੈ ਕਿਹੜੇ ਟਾਈਮ ਵੱਜਦੇ ਨੇਗੇ, ਪੌਣੇ 8 ਵਜੇ ਉੱਠੀ, ਮੈਨੂੰ ਕਹਿੰਦੀ ਰੋਟੀ ਲਿਆ, ਮੈਂ ਰੋਟੀ ਲਿਆਤੀ, ਖਾ ਕੇ ਰੋਟੀ ਸੌਂਗੀ ਮੌਜ ਨਾਲ, ਹੱਥ ਵੀ ਮੋਥੀ ਤਬਾਹੇ, ਇਹ ਆਲਸ ਕਾਹਨੂੰ, ਇਹ ਆਲਸ ਨਹੀਂ ਹੈਗਾ। ਸਹੀ ਗੱਲ ਹੈ, ਇਹ 'ਚ ਆਲਸ ਵਾਲੀ ਤਾਂ ਕੋਈ ਗੱਲ ਹੀ ਨਹੀਂ, ਇਹਦੀ ਸੁਣ ਲੈ ਸੁਪਾਲ ਦੀ। ਇੱਕ ਦਿਨ ਰਾਤ ਨੂੰ ਪਏ ਅਸੀਂ
ਮੇਰੇ ਕੰਨਾਂ ਕੋਲ ਮੱਛਰ ਭੀਂ ਭੀਂ ਕਰੀ ਜਾਵੇ। ਆਲ ਆਊਟ ਲਾਉਣੀ ਭੁੱਲ ਗਈ ਕਿਤੇ ਇਹ, ਮੈਂ ਇਹਨੂੰ ਕਿਹਾ ਆਲ ਆਊਟ ਤਾਂ ਲਾਈ ਨਹੀਂ ਹੈਗੀ। ਕਹਿੰਦੀ ਮੈਂ ਤਾਂ ਲਾਤੀ, ਮੈਂ ਲਾਤੀ, ਕਹਿੰਦੀ ਹੁਣ ਲਾਤੀ ਉੱਠ ਕੇ। ਅੱਛਾ, ਮੈਂ ਕਿਹਾ ਚੱਲ ਲਾਤੀ ਹੋਊਗੀ, ਮੈਂ ਤਾਂ ਹੁਣ ਮੂੰਹ ਢੱਕਿਆ ਤੇ ਆਈ ਪਿਆ ਸੀਗਾ। ਹਾਂ, ਮੱਛਰ ਭਾਈ 5 ਮਿੰਟਾਂ ਬਾਅਦ ਫੇਰ ਲੱਗ ਗਿਆ ਭੀਂ ਭੀਂ ਕਰਨ। ਅੱਛਾ, ਮੈਂ ਇਹਨੂੰ ਕਿਹਾ ਵੀ ਆਲ ਆਊਟ ਲਾਈ ਨਹੀਂ ਤੈਂ। ਹਾਂ, ਇਹਨੇ ਤਾਂ ਉਈ ਕਹਿਤਾ ਪਈ ਪਈ ਨੇ ਲਾਤੀ ਵੀ। ਮੈਂ ਕਿਹਾ ਯਾਰ ਮੱਛਰ ਤਾਂ ਮੇਰੇ ਕੰਨਾਂ ਮੂਹਰੇ ਭੀਂ ਭੀਂ ਕਰੀ ਜਾਂਦਾ। ਕਹਿੰਦੀ ਨਾ ਨਾ, ਇਹ ਤਾਂ ਮੱਛਰਨੀਆਂ ਨੇ, ਇਹ ਭੀਂ ਭੀਂ ਕਰਕੇ ਰੌਲਾ ਪਾਉਂਦੀਆਂ ਨਾ ਤੇਰੇ ਕੰਨਾਂ 'ਚ, ਵਿਚਾਰੀਆਂ ਵਿਧਵਾ ਹੋ ਗਈਆਂ ਨਾ। ਹਾਂ ਫਿਰ ਠੀਕ ਹੈ, ਇਹ ਸਕੀਮ ਵਧੀਆ ਭੈਣ ਦੀ। ਹਾਂ ਫਿਰ ਵਧੀਆ, ਵਧੀਆ ਜਵਾਬ ਦਿੱਤਾ ਭੈਣ ਨੇ। ਤੇ ਹੋਰ ਇਹਦੀ ਸੁਣ ਲਾ ਲੈ ਪੰਮੀ ਦੀ, ਹੈ ਮੈਂ ਇਹਨੂੰ ਕਿਹਾ ਵੀ ਸੁਨੇਹਾ ਉੱਠਿਆ ਕਰ 5 ਵਜੇ ਸੁਨੇਹਾ, ਤੇ ਕਹਿੰਦੀ ਠੀਕ ਹੈ। ਅਗਲੇ ਦਿਨ 11 ਵਜੇ ਉੱਠੀ, ਉੱਠ ਕੇ ਪਤਾ ਕੀ ਕਹਿੰਦੀ ਮੈਨੂੰ, ਕਹਿੰਦੀ ਇਹ ਸਕੀਮ ਤੁਹਾਡੀ ਠੀਕ ਹੈ, ਕਹਿੰਦੀ ਸਵੇਰੇ 5 ਵਜੇ ਉੱਠ ਖੜੇ, ਉਦੋਂ ਬਾਅਦ 10 ਮਿੰਟ ਜਾ ਕੇ ਫਿਰ ਸੌਂ ਜੇ, ਕਹਿੰਦੀ ਨੀਂਦ ਵਧੀਆ ਆਉਂਦੀ ਹੈ। ਇਹ ਨਹੀਂ ਸੁਣ ਲੈ ਬਾਈ, ਉਹ ਮੰਗਤੀ ਆ ਗਈ ਸਾਡੇ ਕਿਤੇ, ਮੰਗਤੀ ਆ ਕੇ ਉਹ ਬਾਰ 'ਚ ਖੜ ਗਈ, ਇਹ ਮੈਂ ਗੇਟ 'ਤੇ ਲਵੀ ਮੰਜਾ ਡਾਹੀ ਬੈਠੀ ਤੀ, ਉਹ ਬੇਬੇ ਨੂੰ ਰੋਟੀ ਫੜਾ ਗਈ, ਰੋਟੀ ਖਾ ਕੇ ਭਾਈ ਨੇ ਤਾਂ ਭਾਂਡੇ ਉੱਥੇ ਰੱਖਤੇ, ਉਹ ਮੰਗਤੀ ਨੇ ਕਿਤੇ ਅੱਖ ਬਚਾ ਕੇ ਕੌਲੀ ਚੱਕ ਲਈ। ਅੱਛਾ, ਹਾਂ ਉਹ ਤਾਂ ਮੇਰੀ ਨਿਗਾਹ 'ਤੇ ਗਈ, ਮੈਂ ਬਥੇਰਾ ਰੌਲਾ ਪਾਇਆ, ਉਹ ਤਾਂ ਭੱਜ ਗਈ, ਮੈਨੂੰ ਆਖਿਆ ਫੜੀ ਨਹੀਂ ਹੈਗੀ, ਕਹਿੰਦੀ ਕੋਈ ਨਾ ਜਦੋਂ ਪਲੇਟ ਲੈਣ ਆਈ ਫੇਰ ਫੜ ਲਾਂਗੇ। ਹਾਂ ਫਿਰ ਗਲਤ ਗਲਤ ਤਾਂ ਨਹੀਂ ਕਹੀ ਕੋਈ ਇਹਨੇ। ਹਾਂ ਸਹੀ ਗੱਲ ਹੈ, ਫਿਰ ਕਿਹੜਾ ਉਹਦੇ ਮਾਂਗਰ ਭੱਜਿਆ ਫਿਰਦਾ। ਹਾਂ ਹਾਂ, ਲੋੜ ਵੀ ਕੀ ਸੀ ਭੱਜਣ ਦੀ, ਹੋਰ ਹੋਰ ਕੀ ਲੋੜ ਹੈ। ਨਾ ਨਾ ਭਰਾਵਾ, ਇਹਨਾਂ ਦਾ ਕੋਈ ਹੱਲ ਨਹੀਂ ਹੈਗਾ। ਲੈ ਪੁੱਤ ਆਪਾਂ ਤਾਂ ਗੱਲ ਹੀ ਲੱਗ ਗਏ, ਮੈਂ ਤਾਂ ਤੁਹਾਨੂੰ ਚਾਹ ਵੀ ਨਹੀਂ ਬਣਾਈ, ਬੈਠੋ ਤੁਸੀਂ, ਮੈਂ ਚਾਹ ਬਣਾ ਕੇ ਲਿਆਉਣੀ ਆ। ਬਣਾ ਲੈ। ਕੋਈ ਨਾ ਕੋਈ ਨਾ ਮਾਸੀ, ਗਰਮ ਪਾਣੀ ਜਾਂ ਪੀ ਲਿਆ ਤੀ, ਬਸ ਐਂ ਹੋ ਗਿਆ, ਚਾਹ ਪੀ ਲਈ। ਤੂੰ ਦੁੱਧ ਪੀ ਪਈ ਰਾਣੀ? ਪੀ ਲੂੰਗੀ ਬੇਬੇ ਰਾਣੀ, ਵਾਹ ਤੂੰ ਦੁੱਧ ਕਰਦੀ। ਹੋਰ ਬਾਈ ਫਸਲ ਵਾੜੀ ਕਿਵੇਂ? ਵਧੀਆ ਬਾਈ, ਵਧੀਆ ਵਧੀਆ ਖੜੀ ਆ ਜਮਾ ਅੱਜ ਦੀ ਖੜੀ ਤਾਂ। ਚਲੋ ਵਧੀਆ ਚਾਹੀਦਾ। ਹਾਂ ਹੁਣ ਤਾਂ ਬਾਕੀ ਧੁੱਪ ਜੀ ਲੱਗਣ ਲੱਗ ਗਈ ਨਾ, ਹੁਣ ਕਣਕ ਉੱਠੂਗੀ ਨਾ। ਵਧੀਆ ਖੜੀ, ਆਪਣੀ ਵਧੀਆ ਖੜੀ ਹੈਗੀ, ਮੈਂ ਵੀ ਲਾਤਾ ਦੀ ਪਾਣੀ ਪੂਣੀ। ਅੱਛਾ, ਹਾਂ ਸਪਰੇਅ ਸਪਰੂ ਕਰਤੀ, ਵਧੀਆ ਖੜੀ ਹੈ। ਆ ਤੂੰ ਪਾਣੀ ਨਾਲ, ਤੇਰੇ ਲਈ ਗੱਲ ਹੁਣ ਵਧੀਆ ਬਣੂਗੀ, ਹੁਣ ਉੱਠੂਗੀ। ਹਾਂ ਘੁੱਟ ਜੇ ਰਹੀ ਨਾ, ਪਹਿਲਾਂ ਵਧੀਆ ਚੱਲੀ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ। ਚਲੋ ਵਧੀਆ ਵਧੀਆ ਨਾ, ਵਧੀਆ। ਮੇਰੀਆਂ ਤਾਂ ਯਾਰ ਉੱਧਰ ਨਹੀਂ ਗਈਆਂ, 4 ਕਨਾਲਾਂ ਇੱਕ ਟੁੱਟਵੀਆਂ ਆਈਆਂ। ਉਹ ਪਰਲੇ ਖੇਤ ਵਾਲੀਆਂ? ਹਾਂ ਹਾਂ। ਅੱਛਾ, ਉੱਧਰ ਸੜਕ ਦੇ ਲਵੇ ਜੀ। ਹਾਂ ਹਾਂ ਹਾਂ, ਉੱਥੇ ਲੱਗਦਾ ਹੈਗਾ ਟਾਵਰ। ਅੱਛਾ, ਟਾਵਰ ਲੱਗਦਾ ਉੱਥੇ, ਮੈਂ ਆਏ ਹੱਥ ਪੱਲਾ ਮਾਰਦਾ ਫਿਰਦਾ ਜੀ, ਟਾਵਰ ਮੈਂ ਕਿਹਾ ਮੇਰੇ ਲੱਗ ਜੇ 4 ਕਨਾਲਾਂ 'ਚ। ਅੱਛਾ, ਫਿਰ ਤਾਂ ਬਾਲੀ ਵਧੀਆ ਹੋਜੂ ਜੇ ਟਾਵਰ ਲੱਗ ਗਿਆ। 50,000 ਰੁਪਇਆ ਮਹੀਨਾ ਆਇਆ ਕਰੂ ਕਿ ਨਹੀਂ ਬਾਈ? ਹੋਰ ਹੋਰ, ਸਾਰੀ ਉਮਰ ਦੀਆਂ ਰੋਟੀਆਂ ਬਣ ਜਾਣਗੀਆਂ। ਹੋਰ ਤਾਂ ਬੜਾ ਵਧੀਆ, ਦੇਖ ਤੂੰ ਕਰ ਲੈ ਤੋਰਾ ਫੇਰਾ ਤਾਂ ਕਿ ਨਹੀਂ? ਹਾਂ ਲਵਾਲ। ਹਾਂ ਤੋਰਾ ਫੇਰਾ ਤਾਂ ਮੈਂ ਰਾਜੇ ਬਹੁਤ ਕਰਦਾ ਫਿਰਦਾ, ਜ਼ੋਰ ਤਾਂ ਮੈਂ ਪੂਰਾ ਲਾਈ ਜਾਂਦਾ, ਪਰ ਚੱਕਰ ਪਤਾ ਕੀ ਹੈ ਯਾਰ, ਚੱਕਰ ਆਏ ਆ ਵੀ ਯਾਰ ਜਿਹੜੇ ਲਵੇ ਵਾਲੇ ਨੇ ਉਹ ਲਵਾਉਣ ਨੂੰ ਫਿਰਦੇ ਨੇ, 4-5 ਬੰਦੇ ਹੋਰ ਭੱਜੇ ਫਿਰਦੇ ਨੇ, ਹੁੰਦੇ ਆ ਅਗਲੇ ਕਹਿੰਦੇ ਹਰੇਕ ਹੀ ਹੈ ਹੋਰ ਹੁਣ ਵੀ ਆਪਦੇ ਖੇਤ ਲਵਾ ਲਾਂ, ਐਂ ਆ ਗੱਲ ਵੀ ਜ਼ੋਰ ਉਹਨਾਂ ਨੇ ਵੀ ਪੂਰਾ ਲਾ ਰੱਖਿਆ, ਜ਼ੋਰ ਮੈਂ ਵੀ ਲਾ ਰੱਖਿਆ ਪੂਰਾ, ਹੁਣ ਇਹ ਨਹੀਂ ਪਤਾ ਵੀ ਵਕਤ ਹੀ ਦੱਸੂਗਾ ਕਿਹਦਾ ਜ਼ੋਰ ਚੱਲਦਾ, ਕਿਹਦੀ ਮੰਨਦੇ ਨੇ ਉਹ, ਕੀ ਪਤਾ ਕਿਹਦਾ ਚੱਲ ਜਾਏਗਾ। ਹਾਂ ਸਹੀ ਗੱਲ ਹੈ ਬਾਈ, ਤੂੰ ਇਹ ਨਾ ਮੌਕਾ ਨਾ ਆਪਦੇ ਇੱਥੋਂ ਘੁਸਣ ਦੇ, ਹਾਂ ਕੁਛ ਨਹੀਂ ਹੁੰਦਾ, 50-60 ਹਜ਼ਾਰ ਥੋੜ੍ਹਾ ਨਹੀਂ ਹੁੰਦਾ ਮਹੀਨੇ ਦਾ, ਦੇਖ ਲਾ ਤੂੰ ਮਾਰ ਲੱਥ ਪੱਲਾ ਲਵਾਲਾ। ਉਹ ਤਾਂ ਤੇਰੀ ਗੱਲ ਠੀਕ ਹੈ ਬਾਈ, ਜ਼ੋਰ ਤਾਂ ਹੁਣ ਲਾਈ ਜਾਂਦੇ ਹਾਂ, ਭੱਜ ਨੱਠ ਤਾਂ ਕਰਦੇ ਹਾਂ, ਮੈਂ ਤਾਂ ਆਪ ਕਹਿਣਾ ਵੀ ਉਹ 4 ਕਨਾਲਾਂ ਨਾਲੇ ਤਾਂ ਊਂ ਪਈਆਂ ਨੇ, ਪਾਣੀ ਧਾਣੀ ਦਾ ਕੋਈ ਸਾਧਨ ਨਹੀਂ, ਨਾ ਕੁਛ ਬੀਜੇ ਬਟ ਉਹਦੇ 'ਚ ਜਾਂਦਾ ਨਾ ਕੁਛ ਬਸ, ਫਿਰ ਊਂ ਵੀ ਪੰਜੀ ਨੇ, ਹੋਰ ਹੋਰ ਜਾਣਾ ਆਉਣਾ ਔਖਾ ਹੋ ਜਾਂਦਾ, ਵਾਧੂ ਪਈਆਂ ਨੇ ਤਾਂ। ਪਰ ਇੱਕ ਗੱਲ ਤਾਂ ਹੈਗੀ ਯਾਰ, ਹੈ ਮੈਂ ਪਹਿਲਾਂ ਵੀ ਸੋਚਿਆ ਤੀ ਯਾਰ, ਤੂੰ ਮੈਨੂੰ ਪਹਿਲਾਂ ਵੀ ਮੇਰੇ ਕੋਲ ਗੱਲ ਕੀਤੀ ਉਦੋਂ, ਹਾਂ ਸਾਡੇ ਹਲਕੇ ਦੇ ਮੰਤਰੀ ਨਾਲ ਯਾਰ ਮੇਰੀ ਵਧੀਆ ਲੋਟ ਹੈ।
ਅੱਛਾ ਹਾਂ ਜੇ ਆਪਾਂ ਉਹ ਤੋਂ ਫੋਨ ਕਰਾ ਦਈਏ ਕੰਪਨੀ ਵਾਲਿਆਂ ਨੂੰ ਅਫਸਰ ਨੂੰ ਇਹਨਾਂ ਦੇ ਨੂੰ ਹਾਂ ਪ੍ਰੈਸ਼ਰ ਤਾਂ ਪੈ ਸਕਦਾ ਯਾਰ ਵੀਰੀ ਜ਼ਮੀਨ ਤੇ ਲੱਗਣਾ ਚਾਹੀਦਾ ਟਾਵਰ ਹੋਰ ਹੁਣ ਐ ਆਪਾਂ ਨੂੰ ਕੀ ਮੋੜੂ ਆ ਮੈਂ ਤਾਂ ਕਈ ਵਾਰੀ ਕਰਵਾਇਆ ਯਾਰ ਉਹ ਤੋਂ ਕੰਮ ਦੇਖ ਤਾਂ ਲੈਨੇ ਆ ਨਾਲੇ ਮੰਤਰੀਆਂ ਤਾਂ ਮੰਨਦੇ ਰਹਿੰਦੇ ਨੇ ਇਹ ਉਰਾ ਆਪ ਆਪ ਚ ਨਾ ਦਿੰਨੇ ਆਪਾਂ ਤਾਂ ਵਧੀਆ ਯਾਰ ਹੈ ਨਾ ਪੂਰਾ ਸਹਿਯੋਗ ਦਿੰਨਾ ਉਹਨੂੰ ਮੈਂ ਪ੍ਰੈਸ਼ਰ ਤਾਂ ਪਊਗਾ ਹਾਂ ਪੂਰਾ ਪਊਗਾ ਨਾ ਹਾਂ ਨਾਲੇ ਮੰਤਰੀਆਂ ਤਾਂ ਮੰਨਦੇ ਨੰਬਰ ਤਾਂ ਮੈਂ ਲੈ ਲੂ ਇਹਨਾਂ ਦੇ ਅਫਸਰ ਦਾ ਤੂੰ ਨੰਬਰ ਲੈ ਫਿਰ ਹੈ ਨੰਬਰ ਤਾਂ ਮੈਂ ਲੈ ਲੂ ਨੰਬਰ ਲੈ ਲੈ ਨੰਬਰ ਲੈ ਕੇ ਮੈਨੂੰ ਦੇ ਤੂੰ ਨਾ ਨਾ ਨੰਬਰ ਤਾਂ ਮੈਂ ਲੈ ਲੂ ਲੈ ਨਾ ਲੈ ਨੰਬਰ ਸੌਖਾ ਹੋ ਜੂ ਫਿਰ ਤਾਂ ਮੰਤਰੀ ਨੂੰ ਵੀ ਫੋਨ ਕਰਾਉਣਾ ਨਾਲ ਦੀ ਨਾਲ ਹੋਰ ਫਿਰ ਉਹੀ ਪੁੱਜਿਆ ਫਿਰ ਦਰਮੇਗਾ ਤੂੰ ਲੋੜ ਹੀ ਨਹੀਂ ਆਪਾਂ ਜੇ ਲੋਟ ਆ ਜੇ ਆਪਣਾ ਕਿ ਨਹੀਂ ਹਾਂ ਨਾ ਵਧੀਆ ਹਾਂ ਨਾਲੇ ਪਤਾ ਲੱਗੂ ਜੇ ਆਪਾਂ ਨੂੰ ਕੀ ਕਹਿੰਦਾ ਪਰਤਿਆ ਜਾਂਦਾ ਬੰਦਾ ਹੋਰ ਇਹ ਤਾਂ ਹੈ ਸਾਰਾ ਦਿਨ ਫਿਰਦੇ ਰਹਿੰਦੇ ਮਗਰ ਹੂੰ ਨੰਬਰ ਤਾਂ ਫਿਰ ਇਹਨਾਂ ਦੇ ਜਿਹੜੇ ਛੋਟੇ ਆਉਂਦੇ ਹੁੰਦੇ ਨੇਗੇ ਬੰਦੇ ਕੰਪਨੀ ਵਾਲੇ ਉਹਨਾਂ ਦੇ ਤਾਂ ਮੇਰੇ ਕੋਲ ਹੈਗੇ ਵੀ ਨੇ ਆਉਂਦੇ ਰਹੇ ਨੇ ਨਾ ਉਹ ਅੱਛਾ ਹਾਂ ਉਹਨਾਂ ਤੋਂ ਮੈਂ ਕਹਿ ਦੂੰਗਾ ਵੀ ਵੱਡੇ ਅਫਸਰ ਦਾ ਨੰਬਰ ਦੇ ਦਿਓ ਤੁਹਾਡੇ ਦਾ ਕਿ ਨਹੀਂ ਫਿਰ ਤਾਂ ਇਹ ਕੰਮ ਕਰਾ ਯਾਰ ਬਾਈ ਬਣ ਕੇ ਹੋਰ ਸਹੀ ਗੱਲ ਹੈ ਬਾਈ ਹੋਰ ਫਿਰ ਤਾਂ ਇਹ ਕੰਮ ਬਣ ਜੂ ਹਾਂ ਕੰਮ ਤਾਂ ਆਪਾਂ ਬਣਾ ਦਾਂਗੇ ਕੋਈ ਚੱਕਰੀ ਨਹੀਂ ਤੂੰ ਨੰਬਰ ਲੈ ਕੇ ਨਾ ਪਰ ਇੱਕ ਗੱਲ ਹੋਰ ਹੈ ਮੰਤਰੀ ਨੂੰ ਚੰਡੀਗੜ੍ਹ ਜਾ ਕੇ ਮਿਲਣਾ ਪਊ ਆਪਾਂ ਨੂੰ ਨਾ ਕੋਈ ਨਾ ਫਿਰ ਚੰਡੀਗੜ੍ਹ ਭਗ ਜਾਂਗੇ ਕਿੱਡੀ ਕੀ ਗੱਲ ਹੈ ਕਿ ਨਹੀਂ ਕੀ ਬੁਲਾਇਤ ਹੈ ਤੂੰ ਕਹਿ ਰਿਹਾ ਯਾਰ ਟਾਈਮ ਲੈ ਮੰਤਰੀ ਤੂੰ ਭਗ ਜਾਂਗੇ ਆਪਾਂ ਨੂੰ ਕਹਿੰਦੇ ਹੋਰ ਉਹਨੂੰ ਬਾਈ ਸਹੀ ਗੱਲ ਹੈ ਹਾਂ ਤੂੰ ਉਹਨੂੰ ਪੁੱਛ ਲੈ ਪੀਏ ਨੂੰ ਹਾਂ ਅੱਜ ਦੇਖ ਲੈ ਜੇ ਅੱਜ ਟਾਈਮ ਮਿਲਦਾ ਤਾਂ ਆਪਾਂ ਅੱਜ ਹੀ ਵਗ ਚੱਲਦੇ ਤੇ ਨਿਬਰਾ ਹਾਂ ਨਾ ਮੈਂ ਕਰ ਲੈਣਾ ਉਹਦੇ ਪੀਏ ਨੂੰ ਫੋਨ ਨਹੀਂ ਗੱਡੀ ਖੜੀ ਇਹਦੇ ਵਾਲੀ ਤੂੰ ਨੰਬਰ ਲੈ ਅਫਸਰ ਦਾ ਗੱਡੀ ਹੈਗੀ ਹੈ ਮੇਰੇ ਵਾਲੀ ਬਸ ਠੀਕ ਹੈ ਗੱਡੀ ਤਾਂ ਤੂੰ ਨੰਬਰ ਲੈ ਉਹਦਾ ਅਫਸਰ ਦਾ ਅਫਸਰ ਦਾ ਨੰਬਰ ਤਾਂ ਮੈਂ ਲੈ ਲੈਣਾ ਲੈ ਤੂੰ ਪੀਏ ਤੋਂ ਲੈ ਟਾਈਮ ਹਾਂ ਹਾਂ ਮੈਂ ਤਾਂ ਹਾਂ ਗੱਲ ਤੂੰ ਅਫਸਰ ਨਾਲ ਉਹਨੂੰ ਪੁੱਛ ਲੈ ਉਹਨੂੰ ਪੁੱਛ ਹੋਰ ਬਾਗ ਚੱਲਾਂਗੇ ਅੱਜ ਤਾਂ ਹੀ ਤਾਂ ਕਹਿੰਦੇ ਆ ਹੋਰ ਆਪਾਂ ਕੀ ਭਾਲਦੇ ਆ ਬੇਬੇ ਆਪਣੇ ਟਾਵਰ ਵਾਲੇ ਮਸਲੇ 'ਚ ਰਾਜੇ ਬਾਈ ਦੀ ਮੰਤਰੀ ਦੇ ਪੀਏ ਨਾਲ ਗੱਲ ਹੋਈ ਸੀ ਉਹ ਕਹਿੰਦਾ ਤੁਹਾਨੂੰ ਚੰਡੀਗੜ੍ਹ ਆਉਣਾ ਪਊਗਾ ਇੱਕ ਦੋ ਦਿਨ ਇੱਥੇ ਰਹਿਣਾ ਪਊਗਾ ਕਹਿੰਦਾ ਮੈਂ ਮਿਲਿਆ ਦੂੰਗਾ ਮੰਤਰੀ ਨੂੰ ਹਾਂ ਮਾਸੀ ਉਹ ਕਹਿੰਦਾ ਚੰਡੀਗੜ੍ਹ ਤੁਸੀਂ ਨੇੜੇ ਤੇੜੀ ਹੋ ਕਰਾਂ ਜਿਹੜਾ ਤੁਸੀਂ ਅੱਧੇ ਘੰਟੇ ਦੇ ਵਿੱਚ ਮੇਰੇ ਕੋਲੇ ਆ ਜਾਓ ਫੋਨ ਕਰੇ ਤੋਂ ਅੱਛਾ ਮੈਂ ਤਾਂ ਐਂ ਕਹਿੰਦੀ ਤੀ ਜੱਸੇ ਵੀ ਜਦੋਂ ਇੱਧਰ ਆਇਆ ਮੰਤਰੀ ਉਦੋਂ ਮਿਲ ਲੈਂਦੇ ਲੈ ਬੇਬੇ ਕਮਾਲ ਹੋ ਗਈ ਹੁਣ ਚੰਗੀ ਭਲੀ ਤਾਂ ਰਾਜੇ ਬਾਈ ਦੀ ਗੱਲ ਹੋ ਗਈ ਮੰਤਰੀ ਦੇ ਪੀਏ ਨਾਲ ਚੰਗਾ ਭਰਾ ਟਾਈਮ ਲੈ ਰੱਖਿਆਗਾ ਬਗ ਜਾਣ ਦੇ ਸਾਨੂੰ ਇਹੋ ਜਿਹਾ ਮੌਕਾ ਗਵਾਉਣਾ ਨਹੀਂ ਚਾਹੀਦਾ 50-60 ਹਜ਼ਾਰ ਬਣੂਗਾ ਮਹੀਨੇ ਦਾ ਕੀ ਮਾੜਾ ਆਪਾਂ ਨੂੰ ਨਾਲੇ ਅਗਲਾ ਕਹੂਗਾ ਆਏ ਨਹੀਂ ਕਿ ਨਹੀਂ ਹੋਰ ਮਾਸੀ ਹੁਣ ਅਗਲਾ ਕਹੂਗਾ ਮੈਂ ਫੋਨ ਵੀ ਕਰਿਆ ਤੁਹਾਨੂੰ ਟਾਈਮ ਵੀ ਦਿੱਤਾ ਉੱਤੋਂ ਤੁਸੀਂ ਆਏ ਨਹੀਂ ਹੈਗੇ ਅਗਲਾ ਫਿਰ ਉੱਤੇ ਲੱਤ ਰੱਖੂਗਾ ਹੋਰ ਸਹੀ ਗੱਲ ਆ ਬਾਈ ਯਾਰ ਨਾਲੇ ਆਪਾਂ ਤਾਂ ਅਗਲੇ ਤੋਂ ਫੋਨ ਕਰਕੇ ਟਾਈਮ ਲੈਤਾ ਗਾਂ ਵਾਸਤੇ ਫਿਰ ਕੋਈ ਕੰਮ ਹੋਵੇ ਅਗਲਾ ਕਹਿ ਦਿੰਦਾ ਫਿਰ ਜਵਾਬ ਵੀ ਦੇ ਦੂਗਾ ਫਿਰ ਆਪਾਂ ਕਰਾਂਗੇ ਨਾਲੇ ਹਾਂ ਵੀ ਉੱਤੇ ਤਾਂ ਆਏ ਨਹੀਂ ਐ ਹੋ ਜਾਂਦਾ ਕਿਤੇ ਉਹਨੂੰ ਫੋਨ ਕਰਕੇ ਤੇ ਉਹਨੂੰ ਫੋਨ ਕਰ ਮਸਾ ਤਾਂ ਮਨਾਇਆ ਉਹ ਹੋਰ 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 ਹੁਣ ਨਾ ਤੂੰ ਨੰਨਾ ਪਾ ਇਹ ਕੰਮ 'ਚ ਹੋਰ ਵਗ ਜਾ ਤੂੰ ਇੰਨਾ ਵਧੀਆ ਮੌਕਾ ਮਿਲਿਆ ਆਪਾਂ ਨੂੰ ਆਪਾਂ ਕਮਾਉਣਾ ਥੋੜੀ ਹੈ ਜੇ ਕਿਤੇ ਹਜ਼ੂਰੇ ਸਰਪੰਚ ਦਾ ਜ਼ੋਰ ਚੱਲ ਗਿਆ ਤਾਂ ਆਪਦੀ ਜ਼ਮੀਨ 'ਚ ਟਾਵਰ ਲਵਾ ਲੂਗਾ ਉਹ ਹੋਰ ਉਹੀ ਤਾਂ ਗੱਲ ਹੈ ਬੇਬੇ ਮਸਾਂ ਤਾਂ ਆਪਣੇ ਹੱਥ 'ਚ ਮੰਤਰੀ ਆਇਆ ਹੈ ਜੇ ਇੱਕ ਫੋਨ ਕਰਾਤਾ ਨਾ ਅਫਸਰ ਨੂੰ ਮੰਤਰੀ ਤੋਂ ਅਫਸਰ ਤਾਂ ਭੱਜਿਆ ਫਿਰ ਉਹਦੀ ਕੀ ਹਿੰਮਤ ਹੈ ਹਾਂ ਆਹ ਹਜ਼ੂਰੇ ਹਜ਼ਾਰੇ ਵਾਲੀ ਤੂੰ ਡਿੱਕਾ ਨਾ ਮੰਨ ਭੈਣੇ ਇਹਦੀ ਟੈਨਸ਼ਨ ਨਾ ਲੈ ਤੂੰ ਇਹਦੀ ਨਹੀਂ ਚੱਲਣ ਦਿੰਦੇ ਆਪਾਂ ਵਧੀਆ ਮੇਰੀ ਮੰਤਰੀ ਨਾਲ ਪੁੱਛ ਲੈ ਚਾਹੇ ਤੇਰੀ ਭੈਣ ਤੋਂ ਨਾ ਨਾ ਇਹਦੀ ਬਹੁਤ ਵਧੀਆ ਲਿਹਾ ਜੇ ਉਹਦੇ ਨਾਲ ਅੱਛਾ ਚੱਲ ਠੀਕ ਹੈ ਫਿਰ ਆਪਾਂ ਚੱਲਾਂਗੇ ਯਾਰ ਫਿਕਰ ਨਾ ਕਰ ਮਾਸੀ ਤੂੰ ਕੰਮ ਤੇਰੇ ਨਾਲ ਅਸੀਂ ਆਪ ਹੀ ਕਰਾ ਦਾਂਗੇ ਲੋ ਕੰਮ ਦੀ ਕਿਹੜੀ ਗੱਲ ਹੋਈ ਅਸੀਂ ਕਰਾਵਾਂਗੇ ਮਾਸੀ ਚੱਲ ਬਾਈ ਪਾ ਲੈ ਫਿਰ ਕੱਪੜੇ ਹਾਂ ਪਾਉਣਾ ਹੋਰ ਪਾ ਪੁੱਛਿਆ ਸੀ ਸੁਪਾਲ ਫੋਨ ਕਰਕੇ ਉਹਨਾਂ ਨੂੰ ਕਿੱਥੇ ਕੁ ਪਹੁੰਚ ਗਏ ਹਾਂ ਹਾਂ ਭੈਣੇ ਪੁੱਛਿਆ ਤੀ ਰਾਜਪੁਰੇ ਪਹੁੰਚ ਗਏ ਕਹਿੰਦੇ ਅੱਛਾ ਚੱਲ ਕੋਈ ਗੱਲ ਨਹੀਂ ਪਹੁੰਚ ਜਾਣਗੇ ਹੌਲੀ ਹੌਲੀ ਹਾਂ ਹਾਂ ਪਹੁੰਚ ਜਾਣਗੇ ਸਹੀ ਗੱਲ ਹੈ ਮੇਰੇ ਤਾਂ ਸੁਪਾਲ ਕੜਾ ਖਾਣ ਨੂੰ ਜੀ ਕਰੀ ਜਾਂਦਾ ਠੰਡ ਜੀ ਹੈ ਨਾ ਵਾਲੀ
ਲੱਕੜਾ ਦੀ ਕਿਹੜੀ ਗੱਲ ਹੈ, ਮੈਂ ਹੁਣ ਕਹਿ ਦੇਣੀ ਬੇਬੇ ਨੂੰ। ਲੈ ਉਹ ਆ ਗਈ ਮਾਸੀ ਵੀ। ਬੇਬੇ ਮੇਰੀ ਗੱਲ ਸੁਣੀ, ਖੀਰ ਤਾਂ ਬਣਾ ਵਧੀਆ ਜੀ। ਲੈ ਕਹਿੰਦੀ ਖੀਰ ਬਣਾ ਵਧੀਆ ਜੀ, ਹੁਣ ਤਾਂ ਤੁਸੀਂ ਰੋਟੀਆਂ ਡੱਪ ਕੇ ਹਟੀਆਂ ਹੋ, ਮੈਂ ਘਰ ਦੇ ਹੋਰ ਵੀ ਕੰਮ ਕਰਨੇ ਨੇ, ਤੁਸੀਂ ਤਾਂ ਡੱਕਾ ਨਹੀਂ ਤੋੜਦੀਆਂ। ਨਾ ਉਦੋਂ ਤਾਂ ਤੁਸੀਂ ਕਹਿੰਦੀਆਂ ਤੇ ਅਸੀਂ ਕਰਾ ਦਿਆ ਕਰਾਂਗੇ ਕੰਮ, ਤਾਂ ਹੀ ਤਾਂ ਮੈਂ ਜੱਸੇ ਹੋਰਾਂ ਨੂੰ ਜਾਣ ਨਹੀਂ ਦਿੰਦੀ ਤੀ। ਮੈਨੂੰ ਕੀ ਪਤਾ ਤੀ ਬੇਬੇ, ਮੈਨੂੰ ਤਾਂ ਇਹਦੀ ਮੰਮੀ ਤੇ ਰਾਣੀ ਕਰਾ ਦਿਆ ਕਰਨਗੀਆਂ ਕੰਮ ਚਲਾ। ਲੱਕੜੂ ਕਮਾਲ ਕਰਦੀਆਂ, ਇਸ ਤੋਂ ਤੇਰੀਆਂ ਮਹਿਮਾਨ ਆਈਆਂ ਹੋਈਆਂ। ਉਹੀ ਤਾਂ ਗੱਲ ਹੈ, ਇਸ ਤੋਂ ਸਾਡੇ ਮਹਿਮਾਨ ਆ। ਨਹੀਂ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਸਾਰੀ ਮਹਿਮਾਨ ਹੋ ਸਾਡੀਆਂ, ਵਿੱਚੇ ਸੁਖਪਾਲ ਹੈ। ਮੇਰਾ ਤਾਂ ਲਹੂ ਪੀ ਲਿਆ ਤੁਸੀਂ, ਰਾਮ ਨਾਲ ਮੰਜੇ ਤੇ ਬੈਠੀਆਂ ਰਹਿੰਦੀਆਂ ਹੋ ਗੱਲਾਂ ਮਾਰਦੀਆਂ। ਲੈ ਬੇਬੇ ਬਣਾ ਦੇ ਥੋੜੀ ਜਿਹੀ ਖੀਰ, ਫਿਰ ਕੀ ਹੋ ਜੂਗਾ। ਹੋਰ ਮਾਸੀ ਐ ਨਹੀਂ ਕਰੀਂਦਾ ਹੁੰਦਾ, ਫਿਰ ਵੀ ਅਸੀਂ ਤੇਰੀਆਂ ਮਹਿਮਾਨ ਆ, ਬਣਾ ਲਿਆ ਭੱਜ ਕੇ। ਹਾਂ ਬਣਾ ਲਿਆ ਮਾਸੀ ਬਣ ਕੇ, ਐ ਨਾ ਕਰ ਬਣਾ ਲਿਆ। ਐ ਨਾ ਕਰ। ਜੱਸੇ ਮੈਨੂੰ ਤਾਂ ਕੰਮ ਲਈ ਕਰਿਆ ਪਿਆ ਇਹਨਾਂ ਨੇ, ਤਾਂ ਹਜੇ ਤੈਨੂੰ ਕਿੰਨਾ ਕੁ ਟਾਈਮ ਲੱਗੂ, ਕਦੋਂ ਆਉਣਾ ਤੁਸੀਂ? ਹਜੇ ਤਾਂ ਬੇਬੇ ਟਾਈਮ ਲੱਗੂ, ਹਜੇ ਮੰਤਰੀ ਨਹੀਂ ਮਿਲਿਆ ਸਾਨੂੰ, 2 ਦਿਨ ਹੋਰ ਲੱਗ ਜਾਣਗੇ। 2 ਦਿਨ ਹੋਰ? ਫਿਰ ਮੈਂ ਤਾਂ ਪੁੱਤ ਤੇਰੇ ਮਾਮੇ ਕੋਲੇ ਜਾਂਦੀ ਹਾਂ, ਉੱਥੇ 2-3 ਦਿਨ ਲਾ ਕੇ ਆਊਂਗੀ ਮੈਂ ਤਾਂ। ਨਾ ਨਾ ਬੇਬੇ, ਐਂ ਨਾ ਕਰੀ ਤੂੰ। ਨਾ ਨਾ ਪੁੱਤ, ਮੈਂ ਤਾਂ ਜਾਊਂਗੀ, ਫਿਰ ਇਹ ਕਿਵੇਂ ਮਰਜ਼ੀ ਕਰਨ, ਆਪਦਾ ਪਕਾ ਕੇ ਖਾਣ, ਭੁੱਖੀਆਂ ਮਰਦੀਆਂ। ਬੇਬੇ ਤਾਂ ਰਾਹ ਜਾਂਦੀ ਹੈ ਮਾਮੇ ਕੇ, ਆਪਾਂ ਨੂੰ ਛੱਡ ਕੇ। ਬੇਬੇ ਖੜ ਜਾ, ਸਾਡਾ ਕੀ ਬਣੂਗਾ ਤੇਰੇ ਬਿਨਾ। ਨਾ ਨਾ ਭਾਈ, ਮੈਂ ਨਹੀਂ ਖੜਦੀ, ਮੇਰਾ ਤਾਂ ਭਾਈ ਢਿੱਲਾ ਮੱਠਾ ਜਿਹਾ ਰਹਿੰਦਾ, ਮੈਂ ਤਾਂ ਉਹਦਾ ਪਤਾ ਲੈਣ ਜਾਂਦੀ ਹਾਂ। ਲੈ ਮਾਸੀ, ਸਾਡਾ ਪਤਾ ਫਿਰ ਕੌਣ ਲਊਗਾ? ਹੋਰ ਮਾਸੀ, ਫਿਰ ਸਾਨੂੰ ਰੋਟੀ ਪਾਣੀ ਕੌਣ ਬਣਾ ਕੇ ਦੇਊਗਾ? ਅਸ ਕਪਾਲ ਤਾਂ ਜਮਾ ਨਹੀਂ ਕੰਮ ਨੂੰ ਹੱਥ ਪਾਉਂਦੀ, ਡੱਕਾ ਨਹੀਂ ਤੋੜਦੀ। ਚੱਲ ਜੇ ਨਹੀਂ ਇਹ ਡੱਕਾ ਤੋੜਦੀ, ਤੁਸੀਂ ਤੋੜ ਲਿਆ ਕਰੋ ਡੱਕੇ, ਤੁਸੀਂ ਆਪ ਲਾ ਲਿਆ ਕਰੋ ਆਪਦੀਆਂ ਰੋਟੀਆਂ। ਇਹ ਤਾਂ ਪਕਾਈ ਖੜੀਆਂ ਨੇ ਰੋਟੀਆਂ, ਇਹ ਤਾਂ ਮੇਰੇ ਵਰਗੀਆਂ ਨੇ, ਤੂੰ ਖੜ ਜਾ ਬੇਬੇ, ਉਹਨੂੰ ਆ ਜਾਣ ਦੇ, ਫੇਰ ਤੂੰ ਵਗ ਜੀ ਚਾਹੀ। ਉਹੀ ਤਾਂ ਗੱਲ ਹੈ, ਜੇ ਉਹ ਆ ਗਏ ਚਲ ਉਹ ਲਾ ਦਿਆ ਕਰਨਗੇ ਸਾਡੀ ਰੋਟੀ, ਫੇਰ ਭਾਵੇਂ ਤੂੰ ਵਗ ਜੀ। ਨਾ ਨਾ ਮੈਂ ਨਹੀਂ ਹੁਣ ਖੜਦੀ, ਮੈਂ ਤਾਂ ਜਾਨੀ ਆ। ਹੈ ਰੋਕ ਭੈਣ, ਉਹਨੂੰ ਜਾਂਦੀ ਹੈ, ਜਾਈ ਭੈਣ ਬਣ ਕੇ ਰੋਕੀ। ਮੇਰੇ ਤੋਂ ਨਹੀਂ ਬੜੇ ਰੋਕਿਆ ਜਾਂਦਾ ਹੈਗਾ, ਕਿਹੜਾ ਉੱਠ ਕੇ ਹੁਣ ਜਾਂਦਾ ਫਿਰੂਗਾ, ਰੋਕਦਾ ਫਿਰੂਗਾ, ਉਹਨੂੰ ਤੂੰ ਫੜਵਾ ਉਹਦੀ, ਜਾ। ਉੱਠ ਕੇ ਬਾਹ ਨੀ ਫੜੀ ਗਈ ਹੈਗੀ, ਹੁਣ ਦੱਸ ਰੋਟੀ ਕੌਣ ਪਕਾਊਗਾ ਆਪਣੀ? ਤੈਨੂੰ ਕਿਹਾ ਸੀ ਭੈਣ ਤੂੰ ਫੜ ਲੈਂਦੀ, ਕੀ ਹੁੰਦਾ ਸੀ ਤੈਨੂੰ? ਕਹਿੰਦੀ ਮੈਂ ਤਾਂ ਖੇਚਲੀ ਨੀ ਹੁੰਦੀ। ਹੁੰਦੀ ਨੀ ਮੈਨੂੰ ਖੇਚਲਾ, ਹੁਣ ਆਪਾਂ ਇਸੇ ਤੋਂ ਪਕਾਵਾਂਗੇ ਰੋਟੀ, ਨਾਲੇ ਮੈਂ ਤਾਂ ਵਿਚਾਰੇ ਬੈਠੀ ਸੀ, ਮੈਂ ਤਾਂ ਕਿਹਾ ਸੀ ਤੂੰ ਵਗ ਜਾਂਦੀ, ਮਿੰਟ 'ਚ ਵਗ ਜਾਂਦੀ। ਰੋਟੀ ਪੱਕਦੀ ਮੈਂ ਤਾਂ ਘਰੇ ਨਹੀਂ ਲਾ ਸਕਦੀ, ਪੂੜੇ ਤੁਹਾਨੂੰ ਬਣਾ ਕੇ ਦੇ ਦੂੰਗਾ। ਮੈਂ ਤਾਂ ਮੂੰਹ ਤੋਂ ਕੋਈ ਨਹੀਂ ਪੱਕਦੀ, ਲੈ ਓਕੇ ਤੂੰ ਪਕਾ ਲਈ, ਪੈ ਮੜ ਕੇ ਮੈਗੀ ਮੂਗੀ ਬਣਾ ਲਈ, ਮੈਗੀ ਪਈ ਹੈ, ਮੰਗਾ ਲਾਂਗੇ ਆਪਾਂ ਪ੍ਰੀਤੀ ਤੋਂ। ਫਿਰ ਤੂੰ ਬਣਾ ਲਈ, ਪ੍ਰੀਤੀ ਤੋਂ ਹੀ ਮੰਗਾ ਲਈ ਆਪਦਾ, ਆਹੋ ਫਿਰ ਅੰਗ ਕਰ ਲੈ ਭੈਣ, ਫਿਰ ਹੋਰ ਕੀ ਹੈ? ਆਹ ਕਾਂਟੇ ਹੁਣ ਕਰਾਏ ਨੇ ਭੈਣੇ? ਨਾ ਹੁਣ ਨਹੀਂ ਕਰਾਏ, ਪਿਛਲੇ ਸਾਲ ਦੇ ਨੇ ਤਾਂ, ਇਹ ਤਾਂ ਪੁਰਾਣਾ ਜਿਹਾ ਰਿਵਾਜ਼ ਹੋ ਰਿਹਾ ਹੁਣ ਸੋਕਾ। ਆਹ ਤਾਂ ਵਾਲੀਆਂ ਹੁਣ ਕਰਾਈਆਂ ਨੇ? ਹਾਂ ਹੁਣ ਕਰਾਈਆਂ ਨੇ। ਮੈਂ ਵੀ ਕਰਾਉਂ ਆਈਆਂ ਜੀ। ਹਾਂ ਨਾ ਸੋਹਣੀਆਂ ਨੇ, ਵਧੀਆ ਹਲਕੀਆਂ ਜਿਹੀਆਂ ਨਾਲ ਪੈ ਜਾਂਦੇ ਨੇ ਰੋਟੀ। ਤੁਸੀਂ ਛੱਡੋ ਨਹੀਂ ਕਾਂਟੇ ਵਾਲੀਆਂ ਭੈਣ, ਮਣ ਕੇ ਮੈਨੂੰ ਤਾਂ ਭੁੱਖ ਲੱਗ ਰਹੀ ਹੈ ਭੈਣ, ਕੁਛ ਖਵਾ ਦੇ, ਰੋਟੀ ਬਣਾ ਲਿਆ ਜਾਂ ਕੋਈ ਮੈਗੀ ਮੂਗੀ ਬਣਾ ਲੈ। ਨਾ ਭੈਣ ਮੇਰੇ ਤੋਂ ਤਾਂ ਨਹੀਂ ਉੱਠਾ ਜਾਂਦਾ ਹੈਗਾ, ਤੂੰ ਕਰ ਮੇਰੀ ਭੈਣ ਬਣ ਕੇ ਆ। ਕਮਾਲ ਕਰਦੀ ਹੋ ਕੁੜੇ, ਅਸੀਂ ਤੇ ਆਈਆਂ ਗਈਆਂ, ਅਸੀਂ ਮਹਿਮਾਨ ਆ ਤੇਰੀਆਂ, ਕਿ ਤੂੰ ਆ ਸਾਡੀਆਂ, ਐਂ ਦੱਸ ਤੇਰਾ ਹੱਕ ਨਹੀਂ ਮੰਨਦਾ? ਲੈ ਆਈਆਂ ਗਈਆਂ ਨੂੰ ਕੀ ਹੈ, ਜਦੋਂ ਮੈਂ ਤੁਹਾਡੇ ਕੋਲ ਜਾਂਦੀ ਹਾਂ, ਤੁਹਾਡੀਆਂ ਵੀ ਸੱਸੀ ਪਕਾਉਂਦੀਆਂ ਨੇਗੀਆਂ, ਉਦੋਂ ਕਿਹੜਾ ਤੁਸੀਂ ਆਪ ਪਕਾਉਣੀ ਹੋ? ਹੁਣ ਮੇਰੀ ਸੱਸ ਤੁਰ ਗਈ, ਮੈਂ ਦੱਸ ਕਿੱਥੋਂ ਪਕਾ ਦਾਂ? ਹਾਏ ਹੁਣ ਕੀ ਬਣੂਗਾ ਫਿਰ, ਮੈਨੂੰ ਤਾਂ ਆਪ ਬਾਲੀ ਭੁੱਖ ਲੱਗੀ ਪਈ ਹੈ ਭੈਣੇ।
ਹੋਰ ਮੇਰੀ ਤਾਂ ਭੁੱਖ ਨਾਲ ਜਾਨ ਨਿਕਲੀ ਜਾਂਦੀ ਹੈ ਭੈਣੇ, ਬਾਲਾ ਬੁਰਾ ਹਾਲ ਹੋਇਆ ਪਿਆ, ਬਣਾ ਲਾ ਕੁਛ ਭੈਣ ਮਣ ਕੇ, ਐਂ ਕਰ ਢਾਬੇ ਤੋਂ ਹੀ ਮੰਗਾ ਲਾ ਕੁਛ। ਹਾਂ ਆਹ ਸਕੀਮ ਤਾਂ ਵਧੀਆ ਦੱਸੀ ਹੈ, ਸਾਡੇ ਸਰੀਕੇ 'ਚੋਂ ਨਾ ਮੇਰੇ ਚਾਚੇ ਦਾ ਪੁੱਤ ਹੈਗਾ, ਮੈਂ ਤਾਂ ਕਈ ਵਾਰੀ ਉਹ ਤੋਂ ਮੰਗਾ ਲੈਂਦੀ ਹਾਂ ਚੀਜ਼ ਵਸਤੂ ਜੋ ਕੋਈ ਮੰਗਾਉਣੀ ਹੁੰਦੀ ਹੈ ਖਾਣ ਪੀਣ ਨੂੰ, ਉਸੇ ਤੋਂ ਮੰਗਾ ਲੈਣੀ ਹੈ ਮੈਂ, ਕੜੀ ਚੌਲ ਮੰਗਾ ਲੈਣੀ ਆ। ਹਾਂ ਫਿਰ ਮੰਗਾ ਲੈ ਫਿਰ, ਇਹ ਤਾਂ ਬਾਹਲਾ ਵਧੀਆ ਹੋਜੂ, ਜਾਂ ਫਿਰ ਜਾ ਕੇ ਉਹਨੂੰ ਪੈਸੇ ਫੜਾਇਆ ਕਰੇ ਜਾ ਕੇ। ਲੈ ਉਹਦੇ ਘਰੇ ਨਾ ਕਿਤੇ ਮੈਂ ਵਗ ਜਾਂ ਉਹਨੂੰ ਪੈਸੇ ਫੜਾਉਣ, ਮੇਰੇ ਤਾਂ ਬੈਡ ਤੋਂ ਉੱਠਣ ਨੂੰ ਜੀ ਕਰਦਾ ਹੈਗਾ, ਇੱਕ ਮੈਂ ਬੈਠੀ ਵਿਚਾ ਲਿਆਂਗੀ। ਹਾਂ ਨੰਬਰ ਉਹਦਾ ਮੇਰੇ ਕੋਲ ਹੈਗਾ ਗਾ, ਹੁਣ ਨੰਬਰ ਕਰਕੇ ਸੱਦ ਲੈਣੀ ਹੈ ਫੋਨ ਕਰਕੇ, ਫਿਰ ਪੈਸੇ ਫੜਾ। ਆਹ ਤਾਂ ਵਧੀਆ ਗੱਲ ਹੈ, ਜੇ ਹੈਗਾ ਨੰਬਰ ਕਰਦੇ ਫੋਨ ਫਿਰ ਠੀਕ ਹੈ, ਨੰਬਰ ਲਾ ਲੈਣੀ ਉਹਦਾ ਹੈਗਾ ਮੇਰੇ ਕੋਲ। ਆਪੇ ਪ੍ਰੀਤ ਆਹ ਤਾਂ ਚੱਲ ਵਧੀਆ ਕਰ ਗਿਆ ਪ੍ਰੀਤ ਵਿਚਾਰਾ, ਭਾਂਡਿਆਂ 'ਚ ਪਾ ਕੇ ਫੜਾ ਗਿਆ, ਚੀਜ਼ ਚੂਜ਼ ਲਿਆਉਣ ਦਾ ਵਧੀਆ ਕੰਮ ਆ ਜਾਂਦਾ ਵਿਚਾਰਾ। ਹੋਰ ਸਹੀ ਗੱਲ ਹੈ, ਨਹੀਂ ਤਾਂ ਔਖਾ ਹੋ ਜਾਂਦਾ ਬਾਲਾ। ਮੈਨੂੰ ਤਾਂ ਪਤਾ ਨਹੀਂ ਕਾਹ ਤੋਂ ਫਿੱਕਾ ਜਿਹਾ ਲੱਗੀ ਜਾਂਦੇ ਨੇ, ਨੂਣ ਜਿਵੇਂ ਘੱਟ ਹੈ। ਹਾਂ ਹਾਂ ਮੈਨੂੰ ਵੀ ਘੱਟ ਲੱਗਦਾ ਹੈਗਾ ਨੂਣ ਘੱਟ, ਨੂਣ ਤਾਂ ਖਾਸਾ ਘੱਟ ਹੈ ਭੈਣੇ, ਘੱਟ ਕੀ ਜਮੀਨ ਹੈਗਾ ਨੂਣ ਤਾਂ, ਜਾ ਪੰਮੀ ਭੱਜ ਕੇ ਲਿਆ ਭੈਣੇ ਰਸੋਈ 'ਚ ਪਏ। ਨਾ ਭੈਣੇ ਮੇਥੋਂ ਨਹੀਂ ਜਾਇਆ ਜਾਂਦਾ ਭੈਣੇ, ਰਾਣੀ ਨੂੰ ਭੇਜ ਦੇ। ਜਾ ਰਾਣੀ ਲੈ ਦੱਸ ਕੇ ਰਾਣੀ ਨੂੰ ਭੇਜ ਦੇ, ਮੈਥੋਂ ਨਹੀਂ ਭਾਈ ਜਾਇਆ ਜਾਂਦਾ, ਫਿਰ ਮੇਥੋਂ ਤਾਂ ਆਪ ਨਹੀਂ ਜਾਇਆ ਜਾਂਦਾ ਭਾਈ। ਲੈ ਦੱਸ ਇਹ ਤਾਂ ਪੰਗਾ ਹੀ ਪੈ ਗਿਆ, ਫਿਰ ਨੂਣ ਤਾਂ ਲਿਆਉਣਾ ਹੀ ਪਊਗਾ, ਖਾਧੇ ਕਿਵੇਂ ਜਾਣਗੇ ਇਹ। ਨੂਣ ਤਾਂ ਲਿਆਉਣੀ ਪਊਗਾ ਪਰ ਚੱਕ ਕੇ ਕੌਣ ਲਿਆਵੇ। ਚੱਲ ਫਿਰ ਪਾਏ ਕਰਦੇ ਹਾਂ, ਇੱਕ ਸ਼ਰਤ ਰੱਖ ਲੈਂਦੇ ਹਾਂ, ਜਿਹੜਾ ਉਹ ਸ਼ਰਤ ਹਾਰ ਗਿਆ ਉਹਨੂੰ ਹੁਣ ਚੱਕ ਕੇ ਦੇਊਗਾ। ਸ਼ਰਤ ਕਿਹੜੀ? ਜਿਹੜਾ ਪਹਿਲਾਂ ਬੋਲ ਪਿਆ ਉਹੀ ਨੂਣ ਚੱਕ ਕੇ ਦੇਊਗਾ। ਹਾਂ ਸਹੀ ਗੱਲ ਹੈ, ਕਿਸੇ ਨਾ ਕਿਸੇ ਦਾ ਆਪਣੇ 'ਚੋਂ ਬੋਲਣਾ ਹੀ ਪਊਗਾ, ਜਿਹੜਾ ਪਹਿਲਾਂ ਬੋਲਿਆ ਉਹੀ ਲਿਆਊਗਾ। ਹਾਂ ਫਿਰ ਠੀਕ ਹੈ ਰੱਖ ਲਓ ਸ਼ਰਤ। ਲੈ ਫਿਰ ਮੈਂ ਤਿੰਨ ਗਿਣ ਲੱਗੀ ਹਾਂ, ਗਿਣਦੇ ਗਿਣਦੇ ਸ਼ਰਤ ਸ਼ੁਰੂ ਹੋ ਜੂਗੀ। ਠੀਕ ਹੈ ਫਿਰ, ਠੀਕ ਹੈ ਫਿਰ, ਇੱਕ ਦੋ ਤਿੰਨ। ਲੈ ਦੇਖ ਲੈ ਮੈਨੂੰ ਤਾਂ ਥੱਕ ਹਾਰ ਕੇ ਫੇਰ ਵਾਪਸ ਮੁੜਨਾ ਪੈ ਗਿਆ, ਮੈਨੂੰ ਲੱਗਦਾ ਜੱਸੇ ਹੋਰ ਹਜੇ ਤੱਕ ਨਹੀਂ ਆਏ। ਇਹਨਾਂ ਦਾ ਮੰਤਰੀ ਕਾਹਦਾ ਮਿਲਣਾ ਤੀ ਇਹਨਾਂ ਨੂੰ, ਇਹ ਤਿੰਨੇ ਵੀ ਨਹੀਂ ਦਿਖਾਈ ਦਿੰਦੀਆਂ। ਲੈ ਇਹ ਕਿੱਧਰ ਨੂੰ ਬਾਗੀਆਂ, ਲੈ ਕਿਤੇ ਨਹੀਂ ਦੀਦੀਆਂ ਇਹ ਵੀ, ਲੈ ਇੱਧਰ ਵੀ ਨਹੀਂ ਹੈਗੀਆਂ, ਇਹ 'ਚ ਵੀ ਨਹੀਂ। ਬੂ ਮੈਂ ਮਰ ਜਾ, ਆ ਕੀ ਸਿਆਪਾ ਪੈ ਗਿਆ ਵੇ ਜੱਸੇ, ਪੱਟੇ ਗਏ ਮੈਨੂੰ ਲੱਗਦਾ, ਨੀ ਰਾਣੀ ਨੀ ਸੁਖਪਾਲ ਨੀ ਪੰਮੀ, ਕੀ ਹੋ ਗਿਆ ਸੋਨੂੰ, ਨੀ ਸੁਖਪਾਲ ਨੀ ਪੰਮੀ, ਖੜੀ ਹੋ ਜਾ, ਨੀ ਸੁਖਪਾਲ ਕੀ ਹੋ ਗਿਆ ਸੋਨੂੰ, ਬੂ ਵੇ ਜੱਸੇ ਤੂੰ ਕਿਉਂ ਛੱਡ ਕੇ ਜਾਣਾ ਤੀ ਇਹਨਾਂ ਨੂੰ, ਵੇ ਮੈਨੂੰ ਲੱਗਦਾ ਤਾਂ ਮਰ ਗਈਆਂ, ਹਾਏ ਮੈਂ ਕੀ ਕਰਾਂ, ਫੋਨ ਕਰਦੀ ਹਾਂ ਹੁਣ ਜੱਸੇ ਨੂੰ।
ਬੇਜੱਸੇ ਛੇਤੀ ਆ ਜਾਵੇ, ਮੈਂ ਤਾਂ ਹੁਣ ਆ ਕੇ ਦੇਖੀ ਇਹਨੇ ਤਾਂ ਤਿੰਨੇ ਮਰੀਆਂ ਪਈਆਂ ਨੇ, ਬੂਬੇ ਛੇਤੀ ਆ ਜਾ ਜੱਸੇ। ਹਾਏ ਵੇ ਮੈਂ ਲੋਕਾਂ ਨੂੰ ਸੱਦਾ ਆਂਟੀਆਂ ਗੁਆਂਢੀਆਂ ਨੂੰ, ਕੀ ਹੋ ਗਿਆ ਇਹਨਾਂ ਨੂੰ? ਮੈਂ ਤੈਨੂੰ ਰੋਕਿਆ ਤੀ ਬੇਬੇ ਵੀ ਤੂੰ ਨਾ ਜਾ ਮਾਮੇ ਹੋਰਿਆਂ ਕੋਲੇ, ਤੂੰ ਮੇਰੀ ਮੰਨੀ ਨੀ। ਬੇ ਮੈਂ ਕੀ ਕਰਾਂ, ਮੈਨੂੰ ਤਾਂ ਦੁਖੀ ਕਰ ਰੱਖਿਆ ਤੀ ਇਹਨਾਂ ਨੇ, ਮੈਨੂੰ ਕੀ ਪਤਾ ਤੀ ਵੀ ਆਹ ਕੰਮ ਹੋ ਜੂਗਾ, ਹੁਣ ਤਾਂ ਮੈਂ ਵੀ ਪਛਤਾਈ ਜਾਂਦੀ ਹਾਂ। ਮੈਨੂੰ ਤਾਂ ਹੈਰਾਨੀ ਇਹ ਗੱਲ ਦੀ ਹੈ ਵੀ ਕੋਲੇ ਇਹਨਾਂ ਦੇ ਚੌਲ ਪਏ ਸੀ, ਇਹ ਭੁੱਖ ਨਾਲ ਕਈ ਮਰ ਗਈਆਂ, ਇਹਨਾਂ ਚੌਲ ਕਿਉਂ ਨਹੀਂ ਖਾਧੇ ਹੈਗੇ? ਇਹ ਤਾਂ ਯਾਰ ਹੁਣ ਰੱਬ ਹੀ ਜਾਣਦਾ, ਮੈਨੂੰ ਲੱਗਦਾ ਚੌਲਾਂ 'ਚ ਜ਼ਹਿਰ ਤੀ, ਜਿਹੜੇ ਢਾਬੇ ਤੋਂ ਇਹਨਾਂ ਨੇ ਮੰਗਵਾਏ ਨੇ ਉਹਨੂੰ ਫੜਾਈਏ ਸਾਲੇ ਨੂੰ। ਉਹ ਨਾ ਨਾ, ਕਿਉਂ ਗਰੀਬ ਮਾਰ ਕਰਨੀ ਯਾਰ ਢਾਬੇ ਵਾਲੇ ਦੀ? ਕੋਈ ਜ਼ਹਿਰ ਜੂਹਰ ਨਹੀਂ ਦੀ, ਜੇ ਜ਼ਹਿਰ ਹੁੰਦਾ ਨੀਲੀਆਂ ਹੋ ਜਾਂਦੀਆਂ ਤੈਨੇ, ਨੀਲੀਆਂ ਤਾਂ ਹੋਈਆਂ ਨਹੀਂ ਇਹ, ਮੈਨੂੰ ਤਾਂ ਲੱਗਦਾ ਅਟੈਕ ਹੋ ਗਿਆ ਇਹਨਾਂ ਨੂੰ ਇੱਕੋ ਵੇਲੇ। ਨਹੀਂ ਨਹੀਂ ਯਾਰ, ਤਿੰਨਾਂ ਨੂੰ ਇਕੱਠਾ ਅਟੈਕ ਕਿਵੇਂ ਹੋ ਜੂਗਾ? ਹੋ ਕਿਉਂ ਨਹੀਂ ਸਕਦਾ, ਹੋ ਸਕਦਾ ਹੈ, ਤਿੰਨੇ ਆਲਸੀ ਤਾਂ ਹੈਗੀਆਂ ਦੀ, ਇੱਕੋ ਜਿਹੀਆਂ ਸੀਗੀਆਂ, ਅਟੈਕ ਵੀ ਹੋ ਹੀ ਸਕਦਾ ਇਕੱਠੀਆਂ ਨੂੰ। ਸਹੀ ਗੱਲ ਹੈ ਬਾਈ ਤੇਰੀ, ਦੇਖ ਲੈ ਰੱਬ ਨੇ ਕਿਹੜੇ ਹਿਸਾਬ ਨਾਲ ਖੜਾ ਛੜਾਇਆ ਆਪਣਾ ਇਹਨਾਂ ਤੋਂ। ਉਹੀ ਤਾਂ ਗੱਲ ਹੈ ਬਾਈ, ਕੋਈ ਨਾ ਕੋਈ ਵਿਧੀ ਬਣਾ ਤੀ ਫਿਰ ਰੱਬ ਨੇ, ਫਿਰ ਹੁਣ ਆਪਾਂ ਕਰ ਵੀ ਕੀ ਸਕਦੇ ਹਾਂ? ਇਹਨਾਂ ਦੇ ਸੰਸਕਾਰ ਦਾ ਕਰੀਏ ਪ੍ਰਬੰਧ, ਲੱਕੜਾਂ ਰੱਖਿਆ ਸ਼ਮਸ਼ਾਨ ਘਾਟ 'ਚ? ਹਾਂ ਹਾਂ, ਲੱਕੜਾਂ ਤਾਂ ਰੱਖ ਦਿਆ। ਅੱਛਾ, ਚੱਲ ਫਿਰ ਐਂ ਕਰਦੇ ਹਾਂ, ਇਕੱਲੀ ਇਕੱਲੀ ਨੂੰ ਲੈ ਜਾਣਾ ਸੰਸਕਾਰ ਕਰਨ ਵਾਸਤੇ, ਤਿੰਨਾਂ ਨੂੰ ਲਿਜਾਣਾ ਤਾਂ ਔਖਾ ਹੋ ਜੂ ਫਿਰ, ਕਿ ਨਹੀਂ ਰਾਜੇ? ਹੈਂ, ਹਾਂ ਇਹ ਗੱਲ ਠੀਕ ਹੈ ਬਈ ਤੇਰੀ, ਐਂ ਕਰ ਲੈਂਦੇ ਹੋਰ। ਚੱਲ ਐਂ ਕਰਦੇ ਫਿਰ, ਪਹਿਲਾਂ ਮੇਰੇ ਨੂੰ ਲੈ ਜਾ ਕੇ ਸਾੜੀਏ, ਫਿਰ ਦੂਜਿਆਂ ਨੂੰ ਲੈ ਜਾਵਾਂਗੇ ਵਾਰੀ ਸਿਰ। ਹਾਂ ਕਰ ਲੈਂਦੇ ਫਿਰ, ਲੈ ਚਲੋ ਫਿਰ ਆ ਜਾਓ। ਚੱਲ ਬਈ ਆਏ ਜੰਮੇ। ਮੈਂ ਪੰਮੀ ਇੰਨੇ ਸਾਹ ਸੀ ਆਪਣਾ, ਹੁਣ ਤੈਨੂੰ ਆਪਦੇ ਹੱਥੀ ਮਚਾਉਣਾ ਪਊਗਾ। ਚੱਕੋ ਬਈ, ਕਬੀਲਾ ਨਾ ਕਰੋ। ਹਾਏ ਕੀ ਕਰ ਲੱਗੇ ਹੋ, ਜੋਨੀ ਅਸਤਾ ਆ ਲੈ ਪੰਮੀ ਬੋਲ ਪੀ, ਪੰਮੀ ਹਾਰ ਗਈ, ਲਿਆ ਪੰਮੀ ਨੂੰ ਹੁਣ। ਹਾਂ ਹਾਂ ਪੰਮੀ, ਤੂੰ ਫਸ ਗਈ, ਲਿਆ ਹੁਣ ਨੂੰ ਲਿਆ ਲੈ ਆਉਣੀ ਆ। ਤੁਸੀਂ ਐ ਸਾਰੇ ਇਕੱਠੇ ਜੋ ਹੋਏ ਕਿਵੇਂ ਖੜੇ ਹੋ? ਲੈ ਕਹਿੰਦੀ ਇਕੱਠੇ ਹੋਏ ਕਿਉਂ ਖੜੇ ਹੋ? ਇਹ ਸਾਰਾ ਸਿਆਪਾ ਤੁਸੀਂ ਪਾਇਆ ਸੀ, ਅਸੀਂ ਤਾਂ ਤੁਹਾਨੂੰ ਮਰੀਆਂ ਸਮਝੀ ਬੈਠੇ ਹਾਂ, ਲੱਕੜਾਂ ਸਿੱਟੇ ਆਏ ਸ਼ਮਸ਼ਾਨ ਘਾਟ 'ਚ, ਅਸੀਂ ਤਾਂ ਸੰਸਕਾਰ ਦੀ ਤਿਆਰੀ ਪ੍ਰੋਗਰਾਮ ਬਣਾਈ ਬੈਠੇ ਹੁਣ ਚੱਕਣ ਨੂੰ। ਹੈਂ, ਅਸੀਂ ਤਾਂ ਦੱਸ ਦਿਓ ਤੁਹਾਨੂੰ ਹੋਇਆ ਕੀ ਸੀ, ਚੱਕਰ ਕੀ ਹੈ ਇਹ? ਲੈ ਦੱਸ ਸਾਨੂੰ ਕੀ ਹੋਣਾ ਤੀ, ਅਸੀਂ ਤਾਂ ਭੁੱਖ ਨਾਲ ਬੇਹੋਸ਼ ਹੋ ਗਏ, ਮੈਨੂੰ ਤਾਂ ਚੌਲ ਮੰਗਾਏ ਤੇ ਅਸੀਂ ਹੋਟਲ ਤੋਂ, ਚੌਲਾਂ 'ਚ ਲੂਣ ਘੱਟ ਤੀ, ਅਸੀਂ ਸ਼ਰਤ ਲਾਈ ਤੀ ਵੀ ਜਿਹੜਾ ਪਹਿਲਾਂ ਬੋਲੂਗਾ ਉਹੀ ਲੂਣ ਲੈ ਕੇ ਆਊਗਾ, ਅਸੀਂ ਚੁੱਪ ਰਹੀਆਂ ਫਿਰ ਬੇਹੋਸ਼ ਹੋ ਗਈਆਂ। ਹਾਂ, ਦੋ ਤਿੰਨ ਦਿਨ ਅਸੀਂ ਬੋਲੀਆਂ ਨਹੀਂ ਹੈਗੀਆਂ, ਅਸੀਂ ਬੈਠੀਆਂ ਰਹੀਆਂ, ਨਾ ਕੁਛ ਖਾਧਾ ਨਾ ਪੀਤਾ, ਬਸ ਫਿਰ ਬੇਹੋਸ਼ ਹੋ ਗਈਆਂ। ਲੈ ਦੱਸ ਕੀ ਬਣੂ ਇਹਨਾਂ ਦਾ, ਨੂਣ ਚੱਕਣ ਦੀਆਂ ਮਾਰੀਆਂ ਨੇ, ਖਾਧਾ ਹੀ ਨਹੀਂ ਕੁਛ, ਆ ਦੋ ਪੈਰ ਤੇ ਤਾਂ ਰਸੋਈ ਹੈਗੀ, ਐਡੀਆਂ ਆਰਸੀ ਜਨਾਨੀਆਂ ਮੈਂ ਨਹੀਂ ਦੇਖਣੀਆਂ ਜ਼ਿੰਦਗੀ 'ਚ। ਸਹੀ ਗੱਲ ਹੈ ਮਾਸੀ ਤੇਰੀ। ਲੈ ਦੱਸ ਕੀ ਕੁਛ ਕਰਦੀਆਂ ਫਿਰਦੀਆਂ ਨੇ ਯਾਰ ਇਹ, ਸਾਰਾ ਆਂਢ ਗਵਾਂਢ ਇਕੱਠਾ ਹੋ ਰਿਹਾ, ਇਸ ਤਾਂ ਤੁਹਾਨੂੰ ਮਰੀਆਂ ਸਮਝ ਰੱਖੇ। ਲੈ ਯਾਰ, ਸਾਡਾ ਵੀ ਕੰਮ ਛੜਾਇਆ ਸੀ, ਕੰਮ ਛੱਡੀ ਬੈਠੇ ਸੀ ਬੰਦੇ, ਅਸੀਂ ਲੱਕੜਾਂ ਛੱਡਦੇ ਫਿਰਦੇ ਸੀ ਵਿਆਹ 'ਚ, ਪਤਾ ਨਹੀਂ ਯਾਰ ਕੀ ਹੋਇਆ ਤੁਹਾਨੂੰ, ਮੈਂ ਤਾਂ ਇਹਦਾ ਕੰਮ ਹੀ ਦੇਖਿਆ ਕਦੇ। ਉਹ ਚਲੋ ਵੀ ਚੱਲੀਏ, ਕਿਉਂ ਕੰਮ ਛੱਡਿਆ ਆਪਾਂ ਨੇ, ਹੋਰ ਆ ਜਾਓ ਆਪ ਚੱਲੀਏ, ਹੋਰ ਆ ਜਾਓ ਚਲੋ। ਬਿੰਦਰਾ ਇਹ ਭੁਲੇਖਾ ਕੱਢ ਦੇ ਦਿਮਾਗ ਚੋਂ, ਇੰਨੀ ਛੇਤੀ ਨਹੀਂ ਆਪਣਾ ਖੜਾ ਛੱਡਦੀਆਂ ਇਹ। ਸਹੀ ਗੱਲ ਹੈ ਬਾਈ, ਮੈਂ ਆਖਿਆ ਕਿਤੇ ਰੱਬ ਨੇ ਖੜਾ ਛੜਾਤਾ, ਛੜਾ ਨਾ ਕਿਤੇ। ਆਹੋ ਛੜਾਤਾ ਤੇਰਾ ਖੈੜਾ, ਸਾਡੀ ਭੁੱਖ ਨਾਲ ਜਾਨ ਨਿਕਲੀ ਜਾਂਦੀ ਇਹਨੂੰ ਗੱਲਾਂ ਦੀ ਹੋਈ ਪਈ ਐ। ਲੈ ਛੇਤੀ ਕਰੋ, ਇੰਤਜ਼ਾਮ ਰੋਟੀ ਦਾ, ਅਸੀਂ ਦੁਬਾਰੇ ਬੇਹੋਸ਼ ਹੋ ਜਾਵਾਂਗੇ ਬੇਬੇ, ਰੋਟੀ ਪਕਾ। ਨਹੀਂ ਪਕਾ ਦਿੰਦੀ ਆ, ਪਕਾ ਦਿੰਦੀ ਆ, ਜਾ ਭਾਈ ਕੋਈ ਸਬਜ਼ੀ ਚੋਂ ਤੋੜ ਲਿਆ, ਚੀਜ਼ ਲੈ ਲਿਆ ਕੇ,
ਮੈਂ ਆਟਾ ਗੁੰਨਦੀ ਆ। ਅੱਛਾ ਜਾ ਆਪਾਂ ਲਿਓਨੇ ਯਾਰ ਜਾ ਕੇ, ਚਲ ਗੋਭੀ ਦੇ ਪੱਟ ਲੈਣਾ ਦੋ ਫੁੱਲ, ਹੋਰ ਕਰੋ ਇੰਤਜ਼ਾਮ, ਗੁੰਨ ਲੈ ਬੇਬੇ ਆਟਾ ਗੁੰਨ ਲੈ, ਲਿਆਉਣਿਆ ਬੇਬੇ ਅਸੀਂ ਇੰਤਜ਼ਾਮ ਕਰੋ ਕਹਿੰਦੇ ਲੈ ਜਗਸੀਰ ਰੋੜਾ ਸੀਮਾ ਰੋੜਾ ਕੋਟੀ ਸਿੱਖ ਅਮਨਵੀਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਔਲਖ ਕਨੇਡਾ ਸਰਬਜੀਤ ਕੌਰ ਸੋਹੀਆ ਡਾਕਟਰ ਪਾਂਧੀ ਵਾਲਿਆਂਵਾਲੀ ਜਸਕਰਨ ਸਿੰਘ ਪਿੰਡ ਹਰੀਕੇ ਕਲਾਂ ਗੁਰਸੇਵ ਕੁਮਾਰ ਫਫੜੇ ਭਾਈਕੇ ਚੰਨੀ ਵਰਮਾ ਰਣਧੀਰ ਸਿੰਘ ਮੰਡ ਪਿੰਡ ਭੁੱਟਾਂ ਜ਼ਿਲ੍ਹਾ ਲੁਧਿਆਣਾ ਪੱਖਪ੍ਰੀਤ ਸਿੰਘ ਸਾਫੂਵਾਲਾ ਹਰਜੀਤ ਨਾਗਰਾ ਜੋਤੀ ਪਿੰਡ ਸਹਿਣਾ ਹਰਪ੍ਰੀਤ ਸਿੰਘ ਸੰਤਨਗਰ ਸਿਰਸਾ ਦੀਪਕਾ ਅਤੇ ਪੂਜਾ ਕੰਗਣਵਾਲ ਸੋਨੀ ਪੂਨੀਆ ਚੰਡੀਗੜ੍ਹ ਯਾਦਵਿੰਦਰ ਕੌਰ ਸੰਗਰੂਰ ਰੁਪਿੰਦਰ ਬਰਾੜ ਗੁਰਦਿੱਤ ਸਿੰਘ ਵਾਜਾਲਾ ਡਾਕਟਰ ਰਣਜੀਤ ਸਿੰਘ ਖੰਘੂੜਾ ਪਿੰਡ ਲਤਾਲਾ ਫਤਿਹਗੜ੍ਹ ਸਾਹਿਬ ਸ਼ੁਕਰੀਆ ਜੀ ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਮਿਹਰਬਾਨੀ ਜੀ ਰੱਬ ਰਾਖਾ।